ਸਤਨਾਮ ਵਾਹਿਗੁਰੂ ਸਾਹਿਬ ਜੀਓ ਗੰਡ ਮਹਲਾ 5 ਅਚਰਜ ਕਥਾ ਮਹਾਯਨੂਪ ਪ੍ਰਾਤਮਾ ਪਾਰ ਬ੍ਰਹਮ ਕਰੂਪ ਆਚਰਜ ਕਥਾ ਮਹਾਯਨੂਪ ਪ੍ਰਤਮਾ ਪਾਰ ਬ੍ਰਹਮ ਕਰੂਪ ਰਹਾ ਨਾ ਇਹ ਬੂਢਾ ਨਾ ਇਹ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਨਾ ਇਹ ਬਿੰਸੈ ਨਾ ਇਹ ਜਾਏ ਆਦ ਜੁਗਾਦੀ ਰਹਾ ਸਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ना इस हर्ष नहीं इस सोग सब इस का यह करने जोग ना इस बाप नहीं इस माया यह अपरंपर होता आया पाप पुण्य का ਇਸ ਲੇਪ ਨਾ ਲਾਗੈ ਘਟ ਘਟ ਅੰਤਰ ਸਦ ਹੀ ਜਾਗੈ ਤੀਨ ਗੁਣਾ ਇੱਕ ਸਖਤ ਉਪਾਇ ਮਹਾ ਮਾਇਆ ਤਾਂ ਕੀ ਹੈ ਛਾਇਆ ਅਛਲ ਅਛੇਦ ਅਭੇਦ ਦਯਾਲ ਦੀਨ ਦਯਾਲ ਸਦਾ ਕਿਰਪਾਲ ਤਾਂ ਕੀ ਗਤ ਮਿਤ ਕਛੂ ਨਾ ਪਾਏ ਨਾਨਕ ਤਾਂ ਖੈ ਬਲ ਬਲ ਜਾਏ ਅਚਲ ਅਛੇਦ ਅਭੇਦ ਦਇਆਲ ਦੀਨ ਦਇਆਲ ਸਦਾ ਕਿਰਪਾਲ ਤਾਂ ਕੀ ਗਤ ਮਿਤ ਕਛੂ ਨਾ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਚੁਕਾ ਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਸ਼ਾਮ ਸਮੇ ਸਤਸੰਗਤ ਦਾ ਸਮਾਂ ਸੀ ਪ੍ਰਾਪਤ ਕੀਤਾ ਹੈ ਗੁਰੂ ਹਜ਼ੂਰੀ ਨੂੰ ਮਾਣਦੇ ਹਾਂ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ ਹੁਣ ਸਮਾਂ ਬਣਿਆ ਗੁਰ ਸ਼ਬਦ ਵਿਆਖਿਆਨ ਦਾ ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਗੌਂਡ ਰਾਗ ਦਾ ਉਪਦੇਸ਼ ਹੈ ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤੇ ਗਏ ਪਾਵਨ ਬਚਨ ਨੇ ਜੋ ਸ਼ਬਦ ਆਪਨੇ ਸਰਵਨ ਕੀਤਾ ਹੈ ਬڑا ਭਾਵਪੂਰਤ ਹੈ ਜੋ ਅਕਸਰ ਅਸੀਂ ਸੋਚਦੇ ਆਂ ਰੱਬ ਕੀ ਹੈ ਰੱਬ ਦਾ ਬਣਾਇਆ ਜੀਵ ਕੀ ਹੈ ਇਸ ਜੀਵ ਦੇ ਵਿੱਚ ਰੂਹ ਹੈ ਆਤਮਾ ਹੈ ਸਾਰਾ ਇਹ ਕੁਝ ਉਸ ਬਾਬਤ ਗੁਰੂ ਬਾਬਾ ਜੀ ਨੇ ਬਾਤ ਪਾਈ ਇਹਦੇ ਅੰਦਰ ਸੋ ਇਹ ਇੱਕ ਤਰ੍ਹਾਂ ਦੇ ਨਾਲ ਸਾਡੀ ਇੱਕ ਅੰਤਰੀਵ ਗਿਆਨ ਦੀ ਉਸ ਲੜੀ ਨੂੰ ਗੁਰੂ ਮਹਾਰਾਜ ਪਰੋਰੇ ਨੇ ਜਿਹਦੇ ਨਾਲ ਸਾਡਾ ਮਨ ਜਿਹੜੀ ਅਸਲ ਐਗਜ਼ਿਸਟੈਂਸ ਆ ਉਹਦੇ ਵੱਲ ਨੂੰ ਪਰਤ ਸਕੇ। ਬਾਕੀ ਇਸ ਬਚਨ ਦੀ ਵਿਆਖਿਆ ਦੇ ਚ ਕੁਝ ਚੀਜ਼ਾਂ ਅਸੀਂ ਲਰਨ ਕਰਾਂਗੇ, ਹੋਲ ਟ੍ਰਾਈ ਜਿਸ ਤਰੀਕੇ ਨਾਲ ਜਿੰਨਾ ਮਹਾਰਾਜ ਨੇ ਤੋਫੀਕਤ ਬਖਸ਼ੀ ਉਹਦੇ ਅਨੁਸਾਰ। ਰਹਾਉ ਦਾ ਬੰਦ ਬਿਲਕੁਲ ਪਹਿਲਾ ਬੰਦ ਆ ਉਹਦੇ ਤੋਂ ਬਾਤ ਸ਼ੁਰੂ ਕਰਦੇ ਆ। ਮਹਾਰਾਜ ਨੇ ਪਹਿਲਾ ਵਰਡ ਯੂਜ਼ ਕੀ ਜੋ ਯੂਜ਼ ਕੀਤਾ ਹੈਗਾ ਅਚਰਜ ਅਮੇਜ਼ਡ ਜਿਹੜੀ ਚੀਜ਼ ਸਾਨੂੰ ਅਮੇਜ਼ ਕਰ ਦੇ ਉਹਦੀ ਗੱਲ ਹੋਣ ਲੱਗੀ ਹੈ ਅਚਰਜ ਕਥਾ ਮਹਾ ਅਨੂਪ ਅਨੂਪ ਕਹਿੰਦੇ ਨੇ ਜਿਸ ਨੂੰ ਕੋਈ ਉਪਮਾ ਨਾ ਦਿੱਤੀ ਜਾ ਸਕਦੀ ਹੋਵੇ ਉਪਮਾ ਮਨ एग्जांपल ਤਸ਼ਬੀਹ ਕਿਸੇ ਚੀਜ਼ ਨੂੰ ਮਤਲਬ ਕਿਸੇ ਰੂਪ ਦੇ ਚ ਸਮਝਣ ਵਾਸਤੇ ਜਿਵੇਂ ਮਨੁੱਖੀ ਦੁਨੀਆ ਦੀ ਅਸੀਂ ਫਲਸਫੀ ਦੀ ਗੱਲ ਕਰਦੇ ਆ ਫਿਲਾਸਫੀ ਦੇ ਅੰਦਰ ਇਹ ਗੱਲ ਮੰਨੀ ਗਈ ਹੈ ਕਿ ਚੀਜ਼ਾਂ ਨੂੰ ਸਮਝਣ ਵਾਸਤੇ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਉਦਾਹਰਨ ਆਰਥ ਐਗਜ਼ਾਮਪਲਸ ਦੇ ਵੇਦ ਨਾਲ ਚੀਜ਼ਾਂ ਸਮਝੀਆਂ ਜਾਂਦੀਆਂ ਨੇ ਪਰ ਜਿਹਨੂੰ ਸਮਝਾਉਣ ਵਾਸਤੇ ਕੋਈ ਉਦਾਹਰਨ ਹੀ ਨਾ ਹੋਏ ਅਨੂਪ ਫਿਰ ਕੀ ਮਹਾ ਅਨੂਪ ਅਨੂਪ ਤੋਂ ਵੀ ਮਹਾ ਅਨੂਪ ਜਿਹਦੇ ਬਾਬਤ ਸੋਚਿਆ ਵੀ ਨਹੀਂ ਜਾ ਸਕਦਾ ਇਮੇਜਨ ਵੀ ਨਹੀਂ ਹੋ ਸਕਦਾ ਉਹਦੀ ਗੱਲ ਹੋਣ ਲੱਗੀ ਹੈ ਅਚਰਜ ਕਥਾ ਮਹਾ ਅਨੂਪ ਅਚਰਜ ਕਹਾਣੀ ਪੈਣ ਲੱਗੀ ਹੈ ਉਹਦੀ ਜੋ ਮਹਾ ਅਨੂਪ ਆ ਜੋ ਸਾਡੀ ਕਿਸੇ ਚੀਜ਼ ਦੀ ਵੀ ਤਰਕ ਦਲੀਲ ਦੀ ਪਕੜ ਵਿੱਚ ਵੀ ਨਹੀਂ ਆ ਪਾਉਂਦੀ ਬਾਤ ਉਹਦੀ ਬਾਤ ਹੋ ਰਹੀ ਹੈ ਕੀ ਆ ਪ੍ਰਾਤਮਾ ਪਾਰ ਬ੍ਰਹਮ ਦਾ ਰੂਪ ਅਸੀਂ ਜ਼ਿਆਦਾਤਰ ਲਫ਼ਜ਼ ਯੂਜ਼ ਕਰਦੇ ਹਾਂ ਪਰਮਾਤਮਾ ਨੋ ਡਾਊਟ ਸਿਨੋਨੀਮ ਆ ਉਸ ਈਸ਼ਵਰੀ ਸਤਾ ਦਾ ਪਰ ਬਾਣੀ ਦੇ ਵਿੱਚ ਇਹ ਵਰਡ ਯੂਜ਼ ਨਹੀਂ ਹੋਇਆ ਪਾਰ ਬ੍ਰह्म ਹੋਇਆ ਨਿਰੰਕਾਰ ਹੋਇਆ ਪ੍ਰਭ ਹੋਇਆ ਹਰ ਹੋਇਆ ਗੋਬਿੰਦ ਹੋਇਆ ਬੀਠਲ ਹੋਇਆ ਦਰ ਸੋ ਮਨੀ ਜਦੋਂ ਕਿਤੇ ਆਇਆ ਤੇ ਆਇਆ ਪ੍ਰਾਤਮਾ ਪ੍ਰਾਤਮਾ ਜੋ ਸਾਡੇ ਵਿੱਚ ਵੀ ਤੇ ਸਾਡੇ ਤੋਂ ਪਰੇ ਵੀ ਹੈ ਉਹਦੀ ਬਾਤ ਹੋਣ ਲੱਗੀ ਹੈ ਜੋ ਅਸੀਂ ਵੀ ਹਾਂ ਤੇ ਜੋ ਸਭ ਕੁਝ ਵੀ ਹੈ ਇਸ ਤਰੀਕੇ ਨਾਲ ਸਮਝਿਆ ਜਾਵੇ ਜੋ ਸਰਗੁਣ ਵੀ ਹੈ ਸਾਡੇ ਸਾਡੇ ਆਲੇ-ਦੁਆਲੇ ਚ ਨਿਰਗੁਣ ਵੀ ਹੈ ਕੁਝ ਵੀ ਨਹੀਂ ਉਹਦੀ ਬਾਤ ਹੋ ਰਹੀ ਹੈ ਹੁਣ ਇਹਦੇ ਕੁਝ ਤਖਰੀ ਅਰਥ ਕਰਾਂਗੇ ਬਾਤ ਕਿਸੇ ਕਿਸੇ ਰੂਪ ਵਿੱਚ ਨਾਲ ਨਾਲ ਪਕੜ ਤੇ ਛਿਲਾਵਾਂਗੇ ਆਤ ਪ੍ਰਾਤਮਾ ਪਾਰ ਬ੍ਰਹਮ ਦਾ ਰੂਪ ਇਹ ਪਾਰ ਬ੍ਰਹਮ ਦਾ ਰੂਪ ਆ ਇਸ ਤਰ੍ਹਾਂ ਜਾਣੀਏ ਜਦੋਂ ਖਾਸ ਕਰਕੇ ਤੇ ਯੰਗ ਬੱਚੇ ਕਹਿੰਦੇ ਹੋ ਇਜ਼ ਗੋਡ ਵਟ ਇਜ਼ ਗੋਡ ਟੈਲ ਮੀ ਯੂ ਕੈਨ ਨੋਟ ਪ੍ਰੂਵ ਥੇਅਰ ਇਜ਼ ਐਨੀ ਗੋਡ ਠੀਕ ਹੈ ਭਾਈ ਆਪ ਆਪਣੀ ਤਰੀਕੇ ਕਰਤਾ ਦੀ ਵਿਆਖਿਆ ਕਿਸੇ ਦੀ ਮੰਤੋਂ ਚਾਰ ਚੀਜ਼ਾਂ ਬਾਣੀ ਚੋ ਤੁਹਾਡੇ ਸਾਹਮਣੇ ਲਿਆਉਣਾ ਇਹਦੀ ਵਿਆਖਿਆ ਇਸ ਤਰ੍ਹਾਂ ਹੁੰਦੀ ਕਿ ਜਿਹੜਾ ਦੇਸ਼ ਕਾਲ ਤੇ ਵਸਤ ਦੀ ਪਕੜ ਤੋਂ ਪਰੇ ਹੈ ਜਾਂ ਜਿਸ ਨੂੰ ਦੇਸ਼ ਕਾਲ ਤੇ ਵਸਤ ਚ ਬੰਨਿਆ ਨਹੀਂ ਜਾ ਸਕਦਾ ਉਹ ਪਰਿਪੂਰਣ ਹੈ ਫਿਰ ਦੇਖਿਓ ਦੇਸ਼ ਕਾਲ ਤੇ ਵਸਤ ਦੇਸ਼ ਸਪੇਸ ਜਗਾ ਹੁੰਦੀ ਹੈ ਸਟੇਜ ਇੱਕ ਕਿਨਾਰੇ ਤੋਂ ਸ਼ੁਰੂ ਹੋ ਰਹੀ ਹੈ ਦੂਜੇ ਕਿਨਾਰੇ ਤੇ ਖਤਮ ਹੋ ਰਹੀ ਹੈ ਸਟੇਜ ਇਹ ਇਨ ਸਪੇਸ ਵਿੱਚ ਹੀ ਹੈ ਸਪੇਸ ਲਿਮਟ ਲਿਮਟ ਵਿੱਚ ਹੁੰਦਾ ਐਡੀ ਵੱਡੀ ਬਿਲਡਿੰਗ ਹੈ ਸਾਡੀ ਪਰ ਇਹ ਸਪੇਸ ਲਿਮਟਿਡ ਸਪੇਸ ਹੈ ਇਹ ਦੀ ਆਦਵਾਰ ਆ ਦੂਜੀ ਦੀਵਾਰ ਚ ਖਤਮ ਹੋ ਜਾਏਗੀ ਜਾ ਕੇ ਸਾਡਾ 온ਟਾਰੀਓ ਸੂਬਾ ਆ ਬਾਉਂਡਰੀਜ਼ ਨੇ ਦੀਆਂ ਤੁਸੀਂ ਕੁਝ ਘੰਟੇ ਲਗਾਤਾਰ ਗੱਡੀ ਚਲਾਓਗੇ ਤੁਸੀਂ ਕਿਊਬੈਕ ਵੱਲ ਚਲੇ ਜਾਓਗੇ ਇਧਰੋਂ ਚਲਾਓਗੇ ਤੁਸੀਂ ਮੈਨੀਟੋਬਾ ਸਾਈਡ ਤੋਂ ਉਸ ਪਾਸੇ ਚਲੇ ਜਾਓਗੇ ਤੁਸ ਮਤਲਬ ਇਸ ਰੂਪ ਦੇ ਸਾਡਾ ਕੰਟਰੀ ਹੈ ਇਹਦੀ ਲਿਮਿਟੇਸ਼ਨਸ ਨੇ ਅੱਗੇ ਜਾਵਾਂਗੇ ਇਸ ਪਾਸੇ ਨੂੰ ਈਸਟ ਨੂੰ ਐਟਲੈਂਟਿਕ ਆ ਜਾਏਗਾ ਇਧਰ ਜਾਵਾਂਗੇ ਪੈਸੀਫਿਕ ਆ ਜਾਏਗਾ ਉੱਪਰ ਨੂੰ ਜਾਵਾਂਗੇ ਸਾਡੇ ਜਿਹੜਾ ਹੈਗਾ ਨਾਰਥ ਪੋਲ ਦੇ ਨਾਲ ਅੰਟਾਰਕਟਿਕਾ ਦਾ ਲੈਵਲ ਆ ਜਾਏਗਾ ਥੱਲੇ ਜਾਵਾਂਗੇ ਸਟੇਟਸ ਬਾਉਂਡਰੀ ਦੇ ਵਿੱਚ ਫਿਰ ਇਹ ਜਿਹੜੀ ਚੀਜ਼ ਇੱਕ ਜਗ੍ਹਾ ਤੇ ਹੈ ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਸ ਨੂੰ ਇੱਕ ਸਮੇਂ ਤੇ ਦੋ ਜਗ੍ਹਾ ਤੇ ਨਹੀਂ ਰਜਾਇਆ ਜਾ ਸਕਦਾ ਸਟੇਜ ਜੇ ਇੱਥੇ ਹੈ ਬਾਹਰ ਨਹੀਂ ਹੋ ਸਕਦੀ ਜੇ ਬਾਹਰ ਹੈ ਤਾਂ ਫਿਰ ਇੱਥੇ ਨਹੀਂ ਹੋ ਸਕਦੀ ਮੈਨੂੰ ਇੱਕ ਸਪੇਸ ਦੇ ਤੌਰ ਤੇ ਲੈ ਲਓ ਮੈਂ ਸਪੇਸ ਯੂਜ਼ ਕਰ ਰਿਹਾ ਹਾਂ ਆਹ ਸਪੇਸ ਇੱਥਾ ਮੇਰਾ ਸਪੇਸ ਯਾਰ ਮੇਰੀ ਬਾਉਂਡਰੀ ਹੈ ਮੈਂ ਜੇ ਇੱਥੇ ਹਾਂ ਤੇ ਮੈਂ ਪਾਰਕਿੰਗ ਵਿੱਚ ਨਹੀਂ ਹੋ ਸਕਦਾ ਜੇ ਮੈਂ ਪਾਰਕਿੰਗ ਲਾਰਟ 'ਚ ਮੈਂ ਕਿਸੇ ਹੋਰ ਜਗ੍ਹਾ ਨਹੀਂ ਹੋ ਸਕਦਾ ਪਰ ਕਰਤਾਰ ਦਾ ਤੇ ਨਹੀਂ ਨਾ ਕਰਤਾਰ ਤੇ ਕਿਹਾ ਗਿਆ ਉਹ ਤੇ ਵਿਦਮਾਨ ਹੈ ਫਿਰ ਉਦੇਸ਼ ਦੀ ਪਕੜ ਤੇ ਕਿਵੇਂ ਫਿਰ ਇਹ ਦੂਸਤ ਬਾਹਰ ਹੋ ਗਿਆ ਦੇਸ਼ ਦੀ ਪਕੜ ਤੋਂ ਪਰੇ ਹੋ ਗਿਆ ਇਸ ਤੋਂ ਬਾਅਦ ਕਾਲ ਕਾਲ ਐਕਚੁਅਲੀ ਜਨਮ ਤੇ ਮੌਤ ਦੇ ਦਰਮਿਆਨ ਜਿਹੜੀ ਚੀਜ਼ ਆਉਂਦੀ ਉਹ ਸਮਾਂ ਆ ਜਿਹੜੀ ਚੀਜ਼ ਕਾਲ ਜ਼ਈਏ ਕਾਲ ਮਈਏ ਉਹਦੀ ਇੱਕ ਸ਼ੁਰੂਆਤ ਵੀ ਹੈ ਇੱਕ ਐਂਡ ਵੀ ਉਹਦਾ ਹੀ ਹੁੰਦਾ ਬਾਬਾ ਜੀ ਕਹਿੰਦੇ ਉਸ ਨੂੰ ਇਹ ਸਾਰਾ ਸ਼ਬਦ ਦਿੱਤੀ ਹੈ ਉਹਦਾ ਕਦੀ ਜਨਮ ਨਹੀਂ ਹੋਇਆ ਉਹਦਾ ਕਦੀ ਮਰਨ ਵੀ ਨਹੀਂ ਹੋਏਗਾ ਜਿਹਦੀ ਸ਼ੁਰੂਆਤ ਹੀ ਨਹੀਂ ਹੋਈ ਅਜੂਨੀ ਹੈ ਜੂਨ ਵਿੱਚ ਨਹੀਂ ਆਇਆ ਉਹਨੂੰ ਕਾਲ ਵਿੱਚ ਕਿਵੇਂ ਲੈ ਕੇ ਮੌਤ ਕਿਵੇਂ ਆਏਗੀ ਉਸਨੂੰ ਸੋ ਇੱਥੇ ਜਾ ਕੇ ਫਿਰ ਪਤਾ ਲੱਗਦਾ ਕਿ ਐਕਚੁਅਲ ਲੈਵਲ ਤੇ ਉਹ ਜਿਹੜਾ ਆ ਉਹ ਤੇ ਇਨਫਿਨਿਟ ਆ ਜਿਹੜੀ ਇਨਫਿਨਿਟੀ ਹੈ ਹਾਲਾਂਕਿ ਜਦੋਂ ਮੈਥਮੈਟਿਕਸ ਦੇ ਇਨਫਿਨਿਟੀ ਪੜਦੇ ਆ ਮੈਥਮੈਟਿਕਸ ਦੀ ਇਨਫਿਨਿਟੀਆਂ ਦੀ ਕਈ ਇਨਫਿਨਿਟੀਆਂ ਹੁੰਦੀਆਂ ਨੇ ਆ ਵੀ ਇਨਫਿਨਿਟੀ ਆ ਵੀ ਆ ਵੀ ਪਰ ਜਦੋਂ ਸੀ ਇਹ ਸਾਈਡ ਤੇ ਉਹਨੇ ਫਿਰ ਇੱਥੇ ਇੱਕੋ ਹੀ ਉਹ ਐਗਜ਼ਿਸਟੈਂਸ ਆ ਉਹਦੀ ਬਾਤ ਹੋ ਰਹੀ ਹੈ ਉਸ ਨੂੰ ਕਿਹਾ ਗਿਆ ਉਹ ਦੇਸ਼ ਦੀ ਪકડ ਵਿੱਚ ਵੀ ਨਹੀਂ ਉਹ ਕਾਲ ਦੀ ਪકડ ਵਿੱਚ ਵੀ ਨਹੀਂ ਵਸਤ ਹੁਣ ਜਿਹੜੀ ਵਸਤ ਆ ਇਹ ਐਕਚੁਅਲ ਲੈਵਲ ਤੇ ਸ਼ੇਪ ਹੁੰਦੀ ਆ ਅਸੀਂ ਕਿਸੇ ਚੀਜ਼ ਨੂੰ ਸ਼ੇਪ ਵਿੱਚ ਦੇਖਣ ਦੇ ਆਦੀ ਹੁੰਨੇ ਆ ਇੱਕ ਖਾਸ ਸ਼ੇਪ ਜਦੋਂ ਤੁਸੀਂ ਮਨੁੱਖ ਦੀ ਗੱਲ ਕਰਦੇ ਆ ਬਿਨਾਂ ਸੋਚੇ ਮਤਲਬ ਬਹੁਤ ਜ਼ਿਆਦਾ ਧਿਆਨ ਦਿੱਤਿਆਂ ਸਾਡੇ ਅੰਦਰ ਇੱਕਦਮ ਸ਼ੇਪ ਆ ਜਾਂਦੀ ਆ ਸ਼ੇਪ ਹੈ ਕੁੱਤੇ ਦੀ ਗੱਲ ਕਰੋਗੇ ਲੋੜ ਹੀ ਨਹੀਂ ਇੱਕ ਵਾਰੀ ਬਸ ਸ਼ੇਪ ਰਾਈਟ ਹੋ ਆ ਜਾਣੀ ਵੀ ਆ ਕੁੱਤਾ ਆ ਇਨ ਬਿਨ ਜਦੋਂ ਰੱਬ ਦਾ ਨਾਮ ਲੈਂਦੇ ਕਿਹੜੀ ਸ਼ੇਪ ਆਏਗੀ ਗੁਰੂ ਨਾਨਕ ਸਾਹਿਬ ਕਹਿੰਦੇ ਕੀ ਸ਼ੇਪ ਲਿਆਓਗੇ ਉਹਦੀ ਉਸ ਨੂੰ ਕੀ ਕਹੋਗੇ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨੰਨ ਇੱਕ ਤੋ ਹੀ ਸਹਿਸ ਪਦ ਬਿਮਲ ਨੰਨ ਇੱਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਮੈਂ ਮੋਹਿਆ ਤੇ ਗਿਆ ਪਰ ਉਹਦੀ ਮੈਨੂੰ ਕੋਈ ਵਸਤ ਕੋਈ ਸ਼ੇਪ ਨਹੀਂ ਨਜ਼ਰ ਪੈ ਰਹੀ ਜਿਹਨੂੰ ਜਾਪ ਸਾਹਿਬ ਅਸੀਂ ਰੋਜ਼ ਪੜ੍ਹਦੇ ਹਾਂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨੈਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕੋਈ ਵੀ ਖਬਾਂ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਇਸ ਭਾਈ ਸਾਹਿਬ ਆਈ ਕੈਨ ਐਕਸਪਲੇਨ ਦ ਸ਼ੇਪ ਮੈਂ ਦੱਸ ਦੇਣਾ ਸ਼ੇਪ ਕਿਵੇਂ ਦੀ ਬਾਬਾ ਜੀ ਕਹਿੰਦੇ ਨਾ ਇਹ ਤੇਰੀ ਤੇਰੀ ਆਪਣੀ ਐਕਸਪਲੇਨੇਸ਼ਨ ਹੋ ਸਕਦੀ ਹੈ ਤੇਰਾ ਆਪਣਾ ਉਸ ਰੂਪ ਵਿੱਚ ਹੋ ਸਕਦਾ ਉਹਦੀ ਉਹਦੀ ਸ਼ੇਪ ਉਸ ਰੂਪ ਵਿੱਚ ਕੀ ਦੋਗੇ ਸੋਨਾ ਦੇਸ਼ ਦੀ ਪਕੜ ਹੈ ਨਾ ਕਾਲ ਦੀ ਪਕੜ ਹੈ ਨਾ ਵਸਤ ਦੀ ਪਕੜ ਹੈ ਉਸ ਨੂੰ ਕਿਹਾ ਗਿਆ ਉਹ ਨਿਰੰਕਾਰ ਆ ਪਰ ਫਿਰ ਕਈ ਵਾਰੀ ਗੱਲ ਹੁੰਦੀ ਉਹ ਹੈ ਵੀ ਹੈ ਬਾਬਾ ਜੀ ਕਹਿੰਦੇ ਇਟ ਵਾਸ ਇਟ ਇਜ਼ ਇਟ ਵਿਲ ਬੀ ਉਹ ਹੈ ਉਹ ਹੋਇਆ ਉਹ ਹੈ ਉਹ ਹੋਏਗਾ ਚਲੋ ਠੀਕ ਹੈ ਬਾਬਾ ਜੀ ਕਹਿੰਦੇ ਉਸ ਤੋਂ ਵੀ ਅੱਗੇ ਆਓ ਜਦੋਂ ਅਸੀਂ ਤੁਸੀਂ ਸੋਚ ਵੀ ਨਹੀਂ ਸਕਦੇ ਉਦੋਂ ਵੀ ਹੋਏਗਾ ਉਹ ਇੱਥੇ ਫਿਰ ਸ਼ਲੋਕ ਆਉਂਦਾ ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਫਿਰ ਇਹ ਜਿਹੜਾ ਰੂਪਤਾ ਫਿਰ ਇਹ ਕਿਵੇਂ ਦੀ ਰੂਪਤਾ ਹੈ ਜੀ ਦੇਖੋ ਦੋ ਚੀਜ਼ਾਂ ਕਈ ਵਾਰੀ ਬੰਦਾ ਕਹਿੰਦਾ ਕਿ ਇੱਕ ਚੀਜ਼ ਮੰਨ ਲਈ ਜਾਏ ਵੀ ਉਹ ਹੈ ਉਹ ਹੈ ਹੈ ਕੀ ਹੈ ਮਤਲਬ ਉਹ ਬਿਯੋਂਡ ਸ਼ੇਪ ਬਿਯੋਂਡ ਐਨੀ ਸੋਰਟ ਆਫ ਲਿਮਿਟ ਬਿਯੋਂਡ ਐਨੀ ਸੋਰਟ ਆਫ ਟਾਈਮ ਆ ਠੀਕ ਉਹ ਤੇ ਫਿਰ ਹੋ ਹੀ ਨਹੀਂ ਸਕਦਾ ਕਿਸੇ ਰੂਪ ਦੇ ਵਿੱਚ ਤੇ ਅਸੀਂ ਬਾਣੀ 'ਚੇ ਪੜ ਲੈਂਦੇ ਆ ਵੀ ਸਾਰਾ ਰੱਬ ਦਾ ਹੀ ਰੂਪ ਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਕਿਵੇਂ ਗੱਲ ਬਣ ਗਈ ਇੱਕ ਪਾਸੇ ਤੇ ਕਹਤਾ ਉਹਦਾ ਕੋਈ ਟਾਈਮ ਕੋਈ ਲਿਮਿਟ ਕੋਈ ਕਿਸੇ ਕਿਸਮ ਦਾ ਰੂਪ ਸ਼ੇਪ ਨਹੀਂ ਦੂਜੇ ਪਾਸੇ ਕਹਤਾ ਰੂਪ ਸ਼ੇਪ ਸਾਰੀਆਂ ਉਹਦੀਆਂ ਨੇ ਬਾਬਾ ਜੀ ਪਲੀਜ਼ ਕਨਫਿਊਜ਼ ਨਾ ਕਰੋ ਕੰਟਰੈਡਿਕਟ ਨਾ ਕਰੋ ਦੈਟਸ ਟੂ ਮਚ ਆਈਦਰ ਹੇਅਰ অর ਅਦਰਵਾਇਜ਼ ਥੇਅਰ ਯੂ نو ਡੋਨਟ ਗੋ ਹੇਅਰ ਐਂਡ ਥੇਅਰ ਇਟਸ ਨੋਟ ਗੋਣਾ ਬੀ ਅਟਲੀ ਮੇਕ ਐਨੀ ਸੈਂਸ ਟੂ ਅਸ ਹਾਂ ਨਹੀਂ ਕਰੇਗੀ ਸੈਂਸ ਪਰ ਜੇ ਤੁ ਬਾਣੀ ਜੋ ਹੋਰ ਥੋੜੀ ਚੁੱਭੀ ਲਾਓਗੇ ਫਿਰ ਮੇਕ ਸੈਂਸ ਕਰੇਗੀ ਪਤਾ ਹੈ ਕੀ ਇਹ ਜਿਹੜੀ ਐਗਜ਼ਿਸਟੈਂਸ ਆ ਮਤਲਬ ਇਸ ਤਰ੍ਹਾਂ ਜਾਣੋ ਗੁਰੂ ਬਾਬਾ ਜੀ ਕਹਿੰਦੇ ਤੂੰ ਨਾ ਐਗਜ਼ਿਸਟੈਂਸ ਦੇ ਛੋਟੇ ਰੂਪ ਨੂੰ ਦੇਖ ਰਿਹਾ ਮੈਂ ਸਿਰਫ ਇਹਨੂੰ ਦੇਖ ਰਿਹਾ ਮਾਈਕ ਦੇਖ ਰਿਹਾ ਸਟੇਜ ਦੇਖ ਰਿਹਾ ਤੁਹਾਨੂੰ ਦੇਖ ਰਿਹਾ ਮੈਂ ਦੇਖ ਹੀ ਨਹੀਂ ਰਿਹਾ ਕਿ ਸਾਰਾ ਕੁਝ ਕਿਸੇ ਵੱਡੀ ਐਗਜ਼ਿਸਟੈਂਸ ਐਗਜ਼ਿਸਟ ਕਰ ਰਿਹਾ ਜੋ ਮੈਨੂੰ ਨਜ਼ਰ ਆ ਰਿਹਾ ਪਤਾ ਕੀ ਹੈ ਇਹ ਸਾਰੀਆਂ ਲਹਿਰਾਂ ਨੇ ਜੋ ਮੈਨੂੰ ਨਜ਼ਰ ਨਹੀਂ ਆ ਰਿਹਾ ਸਮੁੰਦਰ ਲਹਿਰਾਂ ਸਮੁੰਦਰ ਤੋਂ ਵੱਖਰੀਆਂ ਨੇ ਨਾ ਜੀ ਨਾ ਉਹ ਤੇ 파ਟ ਨੇ ਉਹਦਾ ਲਹਿਰਾਂ ਮਤਲਬ ਇੱਕ ਤਰ੍ਹਾਂ ਦੇ ਨਾਲ ਸਦੀਵ ਕਾਲੀ ਨੇ ਇੱਕ ਐਗਜ਼ਾਮਪਲ ਦੇ ਤੌਰ ਤੇ ਲੈ ਲਈਏ ਨਹੀਂ ਬਦਲੇ ਜਾਣ ਗਿਆ ਟੁੱਟ ਜਾਣ ਗਿਆ ਖਤਮ ਹੋ ਜਾਣ ਗਿਆ ਸਮੁੰਦਰ ਹੋ ਰਹੇਗਾ ਉਹ ਲਹਿਰਾਂ ਤੋਂ ਬਿਨਾ ਵੀ ਰਹੇਗਾ ਉਹ ਲਹਿਰਾਂ ਨਾਲ ਵੀ ਰਹੇਗਾ ਬੜੀਆਂ ਉੱਚੀਆਂ ਉੱਚੀਆਂ ਲਹਿਰਾਂ ਨਾਲ ਵੀ ਰਹੇਗਾ ਬੜੀਆਂ ਛੋਟੀਆਂ ਛੋਟੀਆਂ ਲਹਿਰਾਂ ਨਾਲ ਵੀ ਰਹੇਗਾ ਆਪ ਦੇਖ ਸਕਦੇ ਹੋ ਕਦੀ ਕੋਈ ਜਿਹੜਾ ਲਹਿਰ ਆ ਸਮੁੰਦਰ ਤੋਂ ਬਿਨਾ ਹੋ ਸਕੇ ਕਦੀ ਵੀ ਨਹੀਂ ਜਾਂ ਹੋਰ 더 ਗਹਿਰੇ ਚਲੇ ਜਾਓ ਪਾਣੀ ਤੋਂ ਬਿਨਾ ਹੋ ਸਕੇ ਕਦੀ ਵੀ ਨਹੀਂ ਬਾਬਾ ਜੀ ਨੇ ਮਸਾਲਾ ਦਿੱਤੀਆਂ ਬਾਣੀ ਦੇ ਵਿੱਚ ਬੰਦਾ ਕਹਿੰਦਾ ਇਹ ਇਹ ਕੋ-ਐਗਜ਼ਿਸਟੈਂਸ ਹੈ ਉਸ ਐਗਜ਼ਿਸਟੈਂਸ ਇਸ ਸਾਡੀ ਐਗਜ਼ਿਸਟੈਂਸ ਹੈ ਜੇਸੀਂ ਇਹ ਸਿਕਿਸਟੈਂਸ ਨੂੰ ਫੜਾਂਗੇ ਲਹਿਰਾਂ ਨੂੰ ਫੜਾਂਗੇ ਗਵਾਚ ਜਾਵਾਂਗੇ ਲਹਿਰਾਂ ਕਦੀ ਕਿਸੇ ਦੇ ਕਾਬੂ 'ਚ ਨਹੀਂ ਆਈਆਂ ਜਿਹਨੂੰ ਸਮਝ ਲੱਗੀ ਨਾ ਉਨੇ ਕਿਆ ਮੈਨੂੰ ਪਕੜ ਲੱਗੀ ਮੈਨੂੰ ਪਤਾ ਲੱਗ ਗਿਆ ਹੁਣ ਹੁਣ ਕੀ ਪਕੜ ਲੱਗਾ ਭਗਤ ਰਵੀਦਾਸ ਜੀ ਕਹਿੰਦੇ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਕਿਆ ਮੈਨੂੰ ਸਮਝ ਲੱਗ ਗਈ ਅਨਲ ਅਗਮ ਲਹਿਰ ਮੈਂ ਜੈ ਉਹਦਤ ਜਲ ਕੇਵਲ ਜਲ ਮਾਹੀ ਉਹ ਵਾਲਾ ਕਨਸੈਪਟ ਸਮਝ ਆ ਗਿਆ ਉਹ ਜਿਹੜੀਆਂ ਲਹਿਰਾਂ ਸੀ ਸਾਰੇ ਦੀਆਂ ਸਾਰੀਆਂ ਉਹ ਭੁਲੇਖਾ ਪਾ ਰਹੀਆਂ ਸੀ ਹੁਣ ਲਹਿਰਾਂ ਤੋਂ ਨਜ਼ਰ ਦੂਰ ਚਲੀ ਗਈ ਇਹ ਗਹਿਰੀ ਚਲੀ ਗਈ ਹੁਣ ਪਾਣੀ ਦੀ ਤਲਹਟੀ ਦਿੱਕੀ ਹੈ। ਕਿਸ ਰੂਪ ਦੇ ਵਿੱਚ ਪਰਮ ਟੁੱਟ ਗਿਆ। ਇਸ ਨੂੰ ਭਗਤ ਨਾਮਦੇਵ ਜੀ ਨੇ ਕਿਹਾ ਕਿ ਗੱਲ ਇਹ ਹੈ। ਕਲ ਤੱਕ ਤੇ ਸਮਝ ਨਹੀਂ ਸੀ ਆਲੀ ਪਹਿਰ ਪੂ ਸਾਬਰਾ ਥੋਂ ਪ੍ਰਸਾਦ ਮਰਾ। ਮੈਨੂੰ ਸਮਝ ਨਹੀਂ ਸੀ ਆ ਰਹੀ ਇਹ ਪ੍ਰਸਾਦ ਅਮਰ ਮਾਇਆ ਬਾਬਾ ਜੀ ਜ਼ਿਕਰ ਕਰਨ ਦੇ ਵਿੱਚ ਕਿਉਂਕਿ ਇਹ ਮਾਇਆ ਜਿਸ ਨੂੰ ਸੀ ਅ ਮਹਾਰਾਜ ਬਿਆਨ ਕਰਦੇ ਜਿਹੜਾ ਨਾਮ ਹੈ ਨਾ ਐਕਚੁਅਲੀ ਉਸ ਇਲਿਊਜ਼ਨ ਨੂੰ ਸਮਝਣ ਦਾ ਤਰੀਕਾ ਆ। ਜੋ ਇਲਿਊਜ਼ਨ ਹੋ ਰਿਹਾ ਸਾਨੂੰ ਨਾਮ ਸਾਨੂੰ ਉਸ ਦੀ ਮਦਦ ਕਰਦਾ ਉਸ ਇਲਿਊਜ਼ਨ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਨਹੀਂ ਤੋ ਇਲਿਊਜ਼ਨ ਇਤਨਾ ਜ਼ਬਰਦਸਤ ਹੈ ਆ ਕਿ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਇਹ ਕਿੱਥੇ ਸਮਝ ਆਉਂਦਾ ਬੰਦਾ ਤੇ ਇਸ ਮੇਰ ਤੇਰ ਦੇ ਚੱਕਰ ਦੇ ਵਿੱਚ ਐ ਸਾ ਉਲਝਿਆ ਆ ਉਹ ਕਹਿੰਦਾ ਵੀ ਹਾਦੀ ਹੋ ਗਈ ਐ ਮੈਂ ਤੇ ਕਤਲੂਗਾਰ ਤੇ ਮਚਾ ਦੇਗਾ ਮੈਂ ਤੇ ਮਾਰ ਦਿਆਂਗਾ ਮੈਂ ਖਪਾ ਦੇਵਾਂਗਾ ਕਿਉਂ ਕਿ ਇਹ ਮੇਰ ਤੇਰ ਇਹ ਰੂਪ ਵੰਡੇ ਹੋਏ ਬੰਦੇ ਨੂੰ ਉਹ ਜਿਹੜੀ ਵੱਡੀ ਐਗਜ਼ਿਸਟੈਂਸ ਉਹ ਨਜ਼ਰ ਹੀ ਨਹੀਂ ਪੈ ਰਹੀ ਇਥੋਂ ਸਾਰਿਆਂ ਨੂੰ ਲੱਗਦਾ ਇਹ ਸਾਰੇ ਦੁਸ਼ਮਣ ਨੇ ਮੇਰੇ ਸਾਹਿਬ ਮਹਾਰਾਜ ਬਿਆਨ ਕਰਦੇ ਨਾ ਸਮਝ ਆ ਗਈ ਪਹਿਲਪੁਰ ਸਾਬਰਾ ਅਥੋਂ ਪ੍ਰਸਾਦਮਰਾ ਅਸਗਾ ਅਸ ਉਸਕਾ ਹਰਕਾ ਬਾਗਰਾ ਨਾਚ ਪਿੰਦੀ ਮੈਂ ਸਾਗਰਾ ਅਸਗਾ ਅਸ ਉਸਗਾ ਮੈਂ ਤੁਸੀਂ ਤੇ ਉਹ ਤਿੰਨੇ ਉਦਾਂ ਹੀ ਰੂਪ ਆ 3 ਪਰਸੈਂਟ ਚ ਸਾਡੀ ਪੂਰੀ ਪੂਰੀ ਗੱਲ ਪੂਰੀ ਹੋ ਜਾਂਦੀ ਕਥਾ ਇਹ ਕਥਾ ਹੋ ਰਹੀ ਸਾਰੇ ਮੈਂ ਫਸਟ ਪਰਸਨ ਤੁਸੀਂ ਸੈਕੰਡ ਪਰਸਨ ਉਹ ਥਰਡ ਪਰਸਨ ਦੈਟਸ ਇਟ ਅਸ ਦਾ ਅਸ ਉਸ ਕਾ ਹਰ ਕਾ ਬਾਗਰਾ ਨਾਚਾ ਪਿੰਦੀ ਮੈਂ ਸਾਗਰਾ ਪਿੰਦੀ ਮੈਂ ਸਾਗਰਾ ਇਸ ਤਰ੍ਹਾਂ ਜਾਣੀਏ ਖੂਹ ਦੇ ਵਿੱਚ ਨਾ ਟਿੰਡਾਂ ਚੱਲ ਰਹੀਆਂ ਨੇ ਕੋਈ ਟਿੰਡਾਂ ਨੇ ਸਪੋਜ਼ ਕਰੋ ਬੜਾ ਗਹਿਰਾ ਖੂਹ ਹੈ ਕੋਈ 100 ਟਿੰਡਾਂ ਚੱਲ ਰਹੀਆਂ ਨੇ ਉਹਦੇ ਚ ਖੂਹ ਚ ਪਾਣੀ ਆ ਟਿੰਡਾਂ ਚ ਪਾਣੀ ਆ ਬਾਹਰ ਚ ਬੱਚੇ ਚ ਪਾਣੀ ਆ ਅੱਗੇ ਪੰਜਾਬੀ ਜਿਹਨੂੰ ਆੜ ਕਹਿ ਦਿੰਨੇ ਆ ਅਸੀਂ ਜਿਹੜਾ ਮਤਲਬ ਬਨ ਜੇ ਬਣਾ ਕੇ ਇਸ ਤਰੀਕੇ ਨਾਲ ਮੈਨ ਮੇਡ ਡੈਮ ਜੇ ਕਰਕੇ ਤੋਂ ਬਣਾਇਆ ਹੁੰਦਾ ਪਾਣੀ ਖਾਲ ਲੈ ਜਾਣ ਵਾਸਤੇ ਉਹ ਪਾਣੀ ਨੂੰ ਡੈਮ ਕੀਤਾ ਹੁੰਦਾ ਉਹਦੇ ਵਿੱਚ ਉਹ ਕੀਤਾ ਆ ਅੱਗੇ ਕਿਾਰੇ ਚ ਪਾਣੀ ਆ ਉਹ ਸਾਰਾ ਉਸ ਰੂਪ ਦੇ ਵਿੱਚ ਕਿਆ ਗਿਆ ਬੰਦਾ ਇਹ ਸੋਚੇ ਕਿ ਓਕੇ ਪਤਾ ਕੀ ਇਸ ਟਿੰਡ ਚ ਪਾਣੀ ਹੋਰ ਹੈ ਦੂਜੀ ਚ ਵੱਖਰਾ ਤੀਜੀ ਚ ਵੱਖਰਾ ਖੂਜ ਪਾਣੀ ਵੱਖਰਾ ਜਿਹੜਾ ਇਹਦੇ ਚ ਬੱਚੇ ਚ ਪਾਣੀ ਪੀਆ ਵੱਖਰਾ ਆ ਆੜ ਦਾ ਪਾਣੀ ਵੱਖਰਾ ਆ ਇਹ ਤੇ ਭਲੇ ਖਾਈ ਮੇਰਾ ਤੋਂ ਨਾਚਾ ਪਿੰਦੀ ਮੈਂ ਸਾਗਰਾ ਇੱਕੋ ਸਾਗਰ ਹਰ ਪਿੰਦੀ ਵਿੱਚ ਹਰ ਟਿੰਡੇ ਛਲਕ ਰਿਹਾ ਜਦੋਂ ਇਹ ਕਥਾ ਸਮਝ ਆਉਂਦੀ ਨਾ ਇਹ ਅਮੇਜ਼ਡ ਕਰ ਦਿੰਦੀ ਇਹ ਸਿਰਫ ਗੱਲਾਂ ਨਹੀਂ ਆ ਫਲਸਫੀ ਨਹੀਂ ਗਈ ਇਹ ਐਕਚੁਅਲ ਲੈਵਲ ਤੇ ਸਾਡੀ ਡੀਪ ਅੰਡਰਸਟੈਂਡਿੰਗ ਹੈ ਜੋ ਆਉਂਦੀ ਨਹੀਂ ਸਾਨੂੰ ਇਸ ਕਰਕੇ ਮੇਰ ਤੇਰ ਵਧੀ ਜਾਂਦੀ ਬੰਦੇ ਦੇ ਵਿੱਚ ਬੰਦਾ ਜਦੋਂ ਇਸ ਗਹਿਰੇ ਤਲ ਤੇ ਚਲਾ ਜਾਂਦਾ ਫਿਰ ਆਪਾਰ ਨਿਕਲਦਾ ਫਿਰ ਕਹਿੰਦਾ ਕਿਹਦੇ ਨਾਲ ਨਫ਼ਰਤ ਕਰਾਂ ਸਭ ਉੱਤਮ ਕਿਸ ਆਖੂ ਹੀਣਾ ਉੱਤਮ ਨਾ ਹੈ ਰੱਬ ਦਾ ਸੁਪੀਰੀਅਰ ਸਭ ਤੋਂ ਆਲਾ ਸਾਰੇ ਉੱਤਮ ਨੇ ਸਾਰੇ ਸੁਪੀਰੀਅਰ ਨੇ ਹੀਣਾ ਕਿਨੂੰ ਆਖਾ ਕਿਸ ਨੂੰ ਕਹਾ ਇਹ ਮਾੜਾ ਇਹ ਕੋਝਾ ਹੈਗਾ ਇਹ ਛੋਟਾ ਹੈਗਾ ਵੀ ਸਾਰੇ ਉਸ ਲੈਵਲ ਤੇ ਆ ਗਏ ਇੱਥੇ ਸਮਦਰਸ਼ਟਾ ਬੰਦਾ ਹੋ ਜਾਂਦਾ ਹੈ ਇੱਥੇ ਫਿਰ ਬੰਦਾ ਮਨੁੱਖ ਦੀ ਸੇਵਾ ਤੇ ਚ ਲੱਗ ਜਾਂਦਾ ਹੈ ਕੁਦਰਤ ਦੀ ਸੇਵਾ 'ਚ ਲੱਗ ਜਾਂਦਾ ਹੈ ਆਪਣੇ ਨਿੱਜ ਤੋਂ ਜਿਹਨੂੰ ਸੇ ਕਹਿੰਨੇ ਹੈਗੇ ਆ ਸੈਲਫ ਇਹ ਤੋਂ ਬਿਉਂਡ ਹੋ ਜਾਂਦਾ ਹੈ ਸੈਲਫਲੈਸ ਇਹ ਫਿਰ ਐਕਚੁਅਲ ਲੈਵਲ ਤੇ ਆਤਮਾ ਦੀ ਸਮਝ ਆਉਣ ਵਾਲੀ ਗੱਲ ਹੁੰਦੀ ਹੈ ਇਹ ਹੈ ਰੀਅਲ ਅੰਡਰਸਟੈਂਡਿੰਗ ਆਫ ਮਾਈ ਸੈਲਫ ਆ ਸ਼ਬਦ ਕੁਝ ਇਸ ਬਾਬਤ ਗੱਲ ਕਰਨ ਲੱਗਾ ਆ ਆਸ ਕਰਦਾ ਗੱਲੋਂ ਕੁਝ ਪਕੜ ਚ ਆਈ ਹੋਵੇਗੀ ਮੈਨੂੰ ਪਤਾ ਹੈ ਡੈਫੀਨਿਟਲੀ ਇਹੀ ਇਹਦੇ ਚ ਜਿਹੜੀ ਚੀਜ਼ ਸਾਨੂੰ ਪਕੜ ਚ ਨਹੀਂ ਆਉਣ ਦੇ ਰਹੀ ਉਹ ਵੀ ਮਾਇਆ ਵੀ ਜਾ ਲਿਆ ਸਾਡੀ ਸੁਰਤ ਦੇ ਵਿੱਚ ਹੀ ਪਿਆ ਆ ਇਲਿਊਜ਼ਨ ਜਿਹੜਾ ਇਲਿਟ੍ਰੇਸ਼ਨ ਚ ਕਨਵਰਟ ਹੁੰਦਾ ਸਾਡੇ ਅੰਦਰ ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ ਅਚਰਜ ਕਥਾ ਮਹਾ ਅਨੂਪ ਕੀ ਹੈ ਜੀ ਉਹ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਪ੍ਰਾਤਮਾ ਮੇਰੀ ਆਤਮਾ ਤੁਹਾਡੀ ਆਤਮਾ ਸਭ ਦੀ ਆਤਮਾ ਉਹਦਾ ਰੂਪ ਹੈ ਉਹਦਾ ਹੀ ਅਸਲ ਚਲਾ ਅਖਸ ਨਖਸ਼ਿਆ ਹੋਂ ਦੀ ਕੁਝ ਜਿਹੜਾ ਜਿਸ ਨੂੰ ਕਿਨੇਆ ਸੀ ਇੰਟਰਨਲ ਆਉ ਮਤਲਬ ਦੇ ਨਾਲ ਇਨਫਿਨਿਟੀ ਓਮਨੀ ਪ੍ਰੈਜ਼ੈਂਟ ਲੈਵਲ ਤੇ ਹੈ ਉਹ ਕਾਲ ਦੇ ਚੱਕਰ ਤੋਂ ਪਰੇ ਹੈ ਉਸ ਨੂੰ ਸਾਇਬ ਨੇ ਕਿਹਾ ਨਾ ਇਹ ਬੁੱਢਾ ਨਾ ਇਹ ਬਾਲਾ ਉਹਨੂੰ ਕਦੀ ਬੁਢਾਪਾ ਨਹੀਂ ਆਉਂਦਾ ਉਹਨੂੰ ਕਦੀ ਬਾਲਪਨ ਨਹੀਂ ਆਉਂਦਾ ਸ਼ਰੀਰ ਇਹ ਚੋਗੇ ਬਦਲਦੇ ਨੇ ਜੇ ਸਪੋਜ਼ ਕਹਿੰਦੇ ਵੀ ਰੱਬ ਦੀ ਐਗਜ਼ਿਸਟੈਂਸ ਹੈ ਬਿਲਕੁਲ ਹੈ ਉਹਦੀ ਐਗਜ਼ਿਸਟੈਂਸ ਹੀ ਸਭ ਸਭ ਚੀਜ਼ਾਂ ਗ੍ਰਿਸਟ ਕਰਦੀਆਂ ਨੇ ਅੱਛਾ ਤੇਰੇ ਚ ਰੱਬ ਐਗਜ਼ਿਸਟ ਕਰਦਾ ਮੈਂ ਤੈਨੂੰ ਮਾਰ ਦਿਆਂਗਾ ਐਕਚੁਅਲੀ ਮੈਨੂੰ ਮਾਰ ਕੇ ਕੀ ਹੋਏਗਾ ਤਤ ਥੋੜਾ ਖਤਮ ਹੋ ਜਾਣਗੇ ਤਤਾਂ ਦੀ ਐਗਜ਼ਿਸਟੈਂਸ ਰਹੇਗੀ ਬੰਦਾ ਕਹੇਗਾ ਨਹੀਂ ਨਹੀਂ ਮੈਂ ਤਤਾਂ ਨੂੰ ਵੀ ਐਲੀਮੀਨੇਟ ਕਰ ਦੇਵਾਂਗਾ ਬਿਲਕੁਲ ਇਹਨਾਂ ਨੂੰ ਸਾੜ ਫੂਕ ਦਿਆਂਗਾ ਕੁਝ ਹੋਰ ਬਣ ਜਾਏਗਾ ਉਹਦੀ ਐਗਜ਼ਿਸਟੈਂਸ ਰਹੇਗੀ ਜਿਹੜਾ ਸੱਚ ਆ ਉਹ ਥੋੜਾ ਮਰ ਜਾਏਗਾ ਉਹ ਉਹ ਤੇ ਸ਼ਾਸ਼ਵਤ ਆ ਉਹ ਤੇ ਕਦੀ ਵੀ ਨਹੀਂ ਮਰਨਾ ਸਪੋਜ਼ ਸਾਰੇ ਕਾਸੇ ਨੂੰ ਕਿਸੇ ਟੈਕਨੀਕ ਕਿਸੇ ਤਰੀਕੇ ਦੇ ਨਾਲ ਬਿਲਕੁਲ ਜਿਹੜਾ ਹੈਗਾ ਉਸ ਨੂੰ ਐਲੀਮੀਨੇਟ ਕਰਨ ਵਾਲੇ ਪਾਸੇ ਲਿਆ ਆ ਜਾਏ ਫਿਰ ਵੀ ਜਿਹੜੀ ਉਹਦੀ ਹੋਣਦਿਆ ਥੋੜਾ ਮੁਕੇਗੀ ਜਦਨ ਕਿਤੇ ਉਹ ਕੁਝ ਮਦਰ ਨੇਚਰ ਦਾ ਲਾ ਆ ਉਹਦੇ ਹੁਕਮ ਦੇ ਵਿੱਚ ਜਿਹਨੂੰ ਕਵਾਉ ਕਹਿੰਦੇ ਆ ਹੋਏਗਾ ਰੂਪ ਬਟਾ ਜਾਏਗਾ ਵਟਾ ਜਾਂਦਾ ਰੂਪ ਇਹ ਬੁਢੇਪਾ ਬਾਲਪਨ ਜੋਵਨ ਮਤਲਬ ਵੱਧ ਜਾਣਾ ਛੋਟੇ ਹੋ ਜਾਣਾ ਇਹ ਤੇ ਸਾਰੀ ਉਹਦੀ ਇੱਕ ਖੇਡ ਦਾ ਹਿੱਸਾ ਆ दैट्स ਇਟ ਬਾਬਾ ਜੀ ਕਹਿੰਦੇ ਇਹ ਹੁਣ ਸਮਝ ਆ ਗਈ ਵੱਡੀ ਖੇਡ ਦਾ ਹਿੱਸਾ ਸਮਝ ਆ ਗਿਆ ਹੁਣ ਪਤਾ ਲੱਗ ਗਿਆ ਨਾ ਇਹ ਬੁੱਢਾ ਨਾ ਇਹ ਬਾਲਾ ਉਹ ਨਾ ਬੁਢੇਪੇ ਚ ਜਾਂਦੀ ਨਾ ਬਾਲਪਨ ਚ ਜਾਂਦੀ ਨਾ ਇਸ ਦੁੱਖ ਨਹੀਂ ਜਮਜਾਲਾ ਇਹਨੂੰ ਕੋਈ ਦੁੱਖ ਵੀ ਨਹੀਂ ਤੇ ਕੋਈ ਜਮਜਾਲ ਵੀ ਨਹੀਂ ਪਹੁੰਦੇ ਇਸ ਤਰੀਕੇ ਨਾਲ ਹੋਰ ਇਸ ਨੂੰ ਡੀਪ ਲੈਵਲ ਤੇ ਲੈ ਲਈਏ ਸਾਡੀ ਜਿਵੇਂ ਆਪਾਂ ਕੁਝ ਚੀਜ਼ਾਂ ਦੇਖਦੇ ਆਂ ਅਨੇਸਥੀਸ਼ੀਆ ਲੋਕੀ ਲੈਂਦੇ ਨੇ ਜਦੋਂ ਕੁਝ ਆਪਰੇਸ਼ਨ ਵਗੈਰਾ ਹੁੰਦਾ ਆਪ ਦੇਖੋ ਹਾਰਟ ਪੰਪ ਕਰ ਰਿਹਾ ਹੈ ਪੂਰੀ ਬਾਡੀ ਕੰਮ ਕਰ ਰਹੀ ਹੈ ਸਾਰਾ ਕੁਝ ਨੋਰਮਲ ਚੱਲ ਰਿਹਾ ਏ ਟੂ ਜੀ ਪਰ ਕਮਾਲ ਇਹ ਹੈ ਸਰੀਰ ਦੀ ਕੱਟ ਵੱਡ ਹੋ ਰਹੀ ਹੈ ਕੋਈ ਪਤਾ ਨਹੀਂ ਆਏਗਾ ਇਹ ਕੀ ਹੋਇਆ ਜਿਹੜੀ ਸਿਚੁਏਸ਼ਨਲ ਰਿਐਲਿਟੀ ਹੈ ਨਾ ਜਿਹੜਾ ਬ੍ਰੇਨ ਦਾ ਇੱਕ ਪਾਰਟ ਉਹਦੇ ਨਾਲ ਜੁੜਿਆ ਆ ਉਸ ਨੂੰ ਕੱਟ ਕਰਤਾ ਜਾਂਦਾ ਹੈ ਉਹ ਸਿਚੁਏਸ਼ਨਲ ਰਿਐਲਿਟੀ ਜਿਵੇਂ ਟੁੱਟਦੀ ਹੈ ਬੰਦਾ ਬੰਦਾ ਉੱਤੋਂ ਬਿਲਕੁਲ ਬਾਹਰ ਹੋ ਜਾਂਦਾ ਹੈ ਸੁਪਨਾ ਵੀ ਨਹੀਂ ਹੁੰਦਾ ਕੋਈ ਹੁਣ ਇਸ ਤਰੀਕੇ ਨਾਲ ਆਪਣੇ ਆਪ ਨੂੰ ਸਿਚੁਏਸ਼ਨਲ ਰਿਐਲਿਟੀ ਤੋਂ ਤੋੜੋ ਦੋ ਪਲ ਲਈ ਕੀ ਹੋਏਗਾ ਕੁਝ ਵੀ ਐਗਜ਼ਿਸਟ ਨਹੀਂ ਕਰੇਗਾ ਸਾਡੇ ਵਾਸਤੇ ਨਾਥਿੰਗ ਫਿਰ ਬੇਨਤੀ ਕਰਾਂ ਬੜੀਆਂ ਫਿਲਾਸਫੀਕਲ ਜੀਆਂ ਗੱਲਾਂ ਲੱਗਦੀਆਂ ਪਰ ਜਦੋਂ ਉਹਦਾ ਪ੍ਰੈਕਟਿਸ 'ਚ ਚਲਾ ਜਾਏ ਜਾਂ ਇਸ ਨੂੰ ਆਪਾ ਤਰਸ ਕਰੇ ਕਿਤੇ ਸੁਰਤ ਪਕੜ ਲਏ ਮੈਂ ਇੱਕ ਬਲਾਨਰ ਉਮਿੰਦੀ ਦੀ ਕਹਾਣੀ ਪੜ ਰਿਆ ਸੀ ਜਿਹੜਾ ਤੇ ਹਿਕਾਇਤ ਹੋ ਉਹ ਦੀਵਾਨ ਵਿੱਚ ਲਿਖੀ ਉਸ ਹੁੰਦਾ ਏ ਕਿ ਉਹ ਉਹਦਾ ਇੱਕ ਦੋਸਤ ਹੈ ਤੇ ਉਹਦਾ ਬਹੁਤ ਉਮਰ ਪਾ ਕੇ ਉਹਦੇ ਕਰੇ ਇੱਕ ਬੱਚਾ ਹੁੰਦਾ ਹੈ ਬੇਟਾ ਉਹ ਬੇਟੇ ਨੂੰ ਬੜਾ ਪਿਆਰ ਕਰਦਾ ਹੈ ਬੇਟੇ ਦੇ ਨਾਲ ਉਹਦੇ ਸਾਰੇ ਮਤਲਬ ਸਿਰ ਤੋਂ ਸ਼ਾਮ ਉਹਦੀ ਬੇਟੇ ਨੂੰ ਡੈਡੀਕੇਟ ਹੁੰਦੀ ਹੈ ਸਾਰੇ ਕੰਮਕਾਰ ਸਭ ਕੁਝ ਹੁੰਦਾ ਅਖੀਰ ਕੁਝ ਕੁਦਰਤ ਦਾ ਕਰਨਾ ਐ ਸਾਹ ਹੋਇਆ ਬੇਟਾ 14 15 ਸਾਲ ਦੇ ਨੇੜੇ ਆਇਆ ਜਦੋਂ ਸੇਜ ਚ ਆਇਆ ਇੱਕ ਦਿਨ ਉਹ ਫੌਤ ਹੋ ਗਿਆ ਮੌਤ ਹੋ ਗਈ ਉਹਦੀ ਓਹ 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 ਅੰਤ ਕਾਰਲਾ ਉਹਦੇ ਦੀ ਦੁਨੀਆ ਖਤਮ ਹੋ ਗਈ ਉਹਦੀ ਦੁਨੀਆ ਉਹ ਉਹਦੇ ਤੋਂ ਬਿਨਾ ਸੋਚ ਹੀ ਨਹੀਂ ਸਕਦਾ ਉਹ ਤੇ ਸਵੇਰ ਤੋਂ ਸ਼ਾਮ ਤੱਕ ਬੇਟੇ ਦਾ ਸਿਮਰਨ ਕਰਦਾ ਬੇਟੇ ਬਾਰੇ ਬੋਲਦਾ ਉਹਨੂੰ ਤੇ ਰੂਟੀਨ ਸਵੇਰੇ ਉੱਠ ਕੇ ਬੇਟੇ ਲਿਆ ਕਰਨਾ ਸ਼ਾਮ ਨੂੰ ਆ ਕਰਨਾ ਸਾਰੀ ਪਲਾਨਿੰਗ ਉਹਦੀ ਸਾਰਾ ਕੁਝ ਉਹਦੇ ਮੁਤਾਬਕ ਹੋ ਰਿਹਾ ਘਰ ਬੇਟੇ ਮੁਤਾਬਕ ਬਣਾਇਆ ਇਹਦਾ ਕੱਲ ਨੂੰ ਵਿਆਹ ਕਰਾਂਗੇ ਇੱਥੇ ਨੂਹ ਆਏਗੀ ਇੱਥੇ ਇਹ ਸਾਰਾ ਕੁਝ ਉਸ ਰੂਪ ਵਿੱਚ ਹੋ ਗਿਆ ਵਾਈਫ ਹਾਲਾਂਕਿ ਕਦੇ-ਕਦੇ ਉਹਨੂੰ ਕਹਿੰਦੀ ਵੀ ਤੂੰ ਨਾ ਉਹੜਾ ਧਿਆਨ ਰੱਖ ਤੂੰ ਬਹੁਤ ਜਿਆਦਾ ਬੇਟਾ ਬੇਟਾ ਕਰੀ ਜੇ ਤੂੰ ਲਾੜ ਬੜ ਲਡਾਉਣਾ ਇਹਨੂੰ ਤੂੰ ਤੁਹਾਡਾ ਰੁੱਕੇ ਰੁਕਿਆ ਕਰ ਪਰ ਉਹ ਨਹੀਂ ਰੁਕਦਾ ਚੱਲੀ ਜਾ ਰਿਹਾ ਹੁਣ ਜਿਸ ਦਿਨ ਡੈਥ ਹੋ ਗਈ ਓਹ ਹੋ ਹੋ ਬੜਾ ਰੋ ਰਿਹਾ ਬੜਾ ਕੁਰਲਾ ਰਿਹਾ ਉਹ ਤੇ ਕੋ ਵਾਈਫ ਕੇ ਨਹੀਂ ਵਾਕਿਆ ਚ ਇਹਦਾ ਦੁੱਖ ਸਮਝੇ ਨਹੀਂ ਜਾ ਸਕਦਾ ਜਿੰਨਾ ਦੁੱਖ ਹੈ ਇਸ ਨੂੰ ਰੋਇਆ ਕੁਰਲਾਇਆ ਖੈਰ ਉਹਨਾਂ ਦੇ ਕਲਚਰਲ ਤਰੀਕੇ ਦੇ ਮੁਤਾਬਕ ਉਹਨੂੰ ਦਫਨ ਕਰਤਾ ਸਭ ਕੁਝ ਹੋਇਆ ਰਾਤ ਗੁਜ਼ਰੀ ਦਿਨ ਚੜ੍ਹਿਆ ਤੂੰ ਜਿਵੇਂ ਹੋਇਆ ਹੀ ਕੁਛ ਨਹੀਂ ਉਸ ਵੇਰੇ ਉੱਠਿਆ ਉੱਠ ਕੇ ਆਪਣਾ ਆਰਾਮ ਦੇ ਨਾਲ ਆਪਣਾ ਖਾਣਾ ਵਗੈਰਾ ਖਾਦਾ ਵਾਈਫ ਨੂੰ ਹੱਸ ਕੇ ਬੋਲਿਆ ਖਾਣਾ ਵਗੈਰਾ ਖਾ ਕੇ ਤੇ ਆਪਣਾ ਚੁੱਪ ਕਰਕੇ ਕੰਮ ਤੇ ਚਲਾ ਗਿਆ ਵਾਈਫ ਨੂੰ ਡਰ ਲੱਗਾ ਉਹ ਕਹਿੰਦੀ ਵੀ ਕਿਤੇ ਕਹਿੰਦੀ ਹੋ ਸਕਦਾ ਚਲੋ ਮੈਨੂੰ ਕਹਿਣ ਵਾਸਤੇ ਕਰ ਰਿਹਾ ਹੈ ਦੁਪਹਿਰੇ ਘਰ ਆ ਗਿਆ ਵਾਪਸ ਆਪਣੇ ਕਾਰ ਤੋਂ ਵਾਪਸ ਤੂੰ ਖਾਣਾ ਨਹੀਂ ਬਣਾਇਆ ਉਹ ਕਹਿੰਦੀ ਆ ਤੂੰ ਕੀ ਕਿਹੜੀਆਂ ਗੱਲਾਂ ਕਰਦਾ ਤੂੰ ਕਹਿੰਦਾ ਤੂੰ ਕਮਾ ਲਿਆ ਭੁੱਖ ਲੱਗੀ ਐ ਖਾਣਾ ਖਾ ਕੁਝ ਕੁਝ ਮਿੱਠਾ ਬਣਾ ਕੁਝ ਇਸ ਰੂਪ ਵਿੱਚ ਉਹ ਖੈਰ ਉਹ ਨੂੰ ਸਮਝ ਨਹੀਂ ਆ ਰਹੀ ਸ਼ਾਮ ਪੇ ਸ਼ਾਮ ਤੱਕ ਉਹਨੇ ਰਾਤ ਪਈ ਤੋ ਰਾਮ ਨਾਲ ਖਾਣਾ ਖਾ ਕੇ ਸੌਂ ਗਿਆ ਬੜੇ ਉਹ ਘਰਾੜੇ ਮਾਰ ਰਿਹਾ ਸਵੇਰੇ ਉੱਠ ਕੇ ਫਿਰ ਸੇਮ ਵੇਦ ਨਾਲ ਉਹ ਬੜੀ ਦੁਖੀ ਹੋਈ ਤੋ ਉਸਨੇ ਰੂਮੀ ਨੂੰ ਬੁਲਾਇਆ ਕਿੰਦੀ ਰੂਮੀ ਤੇਰਾ ਇਹ ਦੋਸਤ ਤੇ ਮੇਰਾ ਹਸਬੰਡ ਆ ਮੈਂ ਦੁਖੀ ਆ ਬਹੁਤ ਦੁਖੀ ਆ ਨੋ ਡਾਊਟ ਬੱਚਾ ਚਲਾ ਗਿਆ ਹੁਣ ਇਹਦੇ ਬਾਰੇ ਦੇਖ ਰਹੀ ਆ ਤੇਰਾ ਦੋਸਤ ਐ ਤੂੰ ਵੀ ਦੁਖੀ ਹੋਏਗਾ ਮੈਨੂੰ ਲੱਗਦਾ ਐ پاگل ਹੋ ਗਿਆ ਦੋ ਦਿਨ ਪਹਿਲਾਂ ਆ ਚੀਜ਼ ਹੋਈ ਏ ਉਸ ਤੋਂ ਬਾਅਦ ਆ ਮੈਂ ਮੰਜ਼ਰ ਦੇਖ ਰਹੀ ਹਾਂ ਓ ਹੋ ਹੋ ਮੈਂ ਤੇ ਸੋਚ ਵੀ ਨਹੀਂ ਸਕਦੀ ਰومی ਕਹਿੰਦਾ ਅੱਛਾ ਰومی ਨੂੰ ਬੁਲਾ ਕੇ ਲਿਆਇਆ ਕਰੇ ਕਹਿੰ ਲੱਗਾ ਓਏ ਜਿਵੇਂ ਅਸੀਂ ਕਹਿੰਨਾ ਸਿਚੁਏਸ਼ਨਲ ਰਿਐਲਿਟੀ ਉਹਨੂੰ ਪੁੱਛਦਾ ਤੇਰਾ ਨਾਂ ਕੀ ਹੈ ਕਹਿੰਦਾ ਰومی ਕੋਈ ਚੱਜਦੀ ਗੱਲ ਕਰਨੀ ਕੱਲ ਨਹੀਂ ਤੇ ਮੈਂ ਜਾ ਰਿਹਾ ਕਹਿੰਦੇ ਨਹੀਂ 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 ਤੂੰ ਨਾਂ ਦੱਸ ਆਪਣਾ ਨਾਂ ਦੱਸਿਆ ਆਪਣਾ ਕਹਿੰਦਾ ਅੱਛਾ ਦੱਸ ਅੱਜ ਤਰੀਕ ਕਿੰਨੀ ਹੈ ਉਹ ਕਹਿੰਦਾ ਰومی ਤੂੰ ਕਿਸ ਹੋਈ ਤਰ੍ਹਾਂ ਪਾਗਲ ਆ ਕਹਿੰਦਾ ਇਹ ਹੀ ਤੇ ਪਤਾ ਕਰਨਾ ਕਹਿੰਦਾ ਤਰੀਕ ਆਇਆ ਕਹਿੰਦਾ اچھا ਠੀਕ ਹੈ ਤੇਰੇ ਘਰ ਕੋਈ ਨੁਕਸਾਨ ਵੀ ਹੋਇਆ ਕਹਿੰਦਾ ਹਾਂ ਬੜਾ ਵੱਡਾ ਨੁਕਸਾਨ ਹੋਇਆ ਤਿੰਨ ਦਿਨ ਪਹਿਲਾਂ ਬੇਟਾ ਬੇਟੇ ਦੀ ਮੌਤ ਹੋ ਗਈ ਕਹਿੰਦਾ ਓਏ ਤੇ ਅੱਜ ਤੂੰ ਇਸ ਤਰੀਕੇ ਨਾਲ ਕਰ ਰਿਹਾ ਸਾਰਾ ਕੁਝ ਕਹਿੰਦਾ ਰੂਮ ਹੀ ਹੁਣ ਮੈਂ ਤੈਨੂੰ ਗੱਲ ਦੱਸ ਦਿੰਦਾ ਸਾਰੀ ਇਸ ਤਰ੍ਹਾਂ ਆ ਬੜਾ ਦੁਖੀ ਸੀਗਾ ਜੀ ਕਰਦਾ ਸੀ ਮਰ ਜਾਵਾਂ ਜ਼ਿੰਦਗੀ ਖਤਮ ਹੋ ਗਈ ਸਭ ਕੁਝ ਡਨ ਕਹਿੰਦਾ ਫਿਰ ਨਾ ਰਾਤ ਨੂੰ ਸੋਚਦੇ ਨੂੰ ਸੋਚਦੇ ਸੋਚਿਆ ਜਦੋਂ ਇਹ ਬੱਚਾ ਜ਼ਿੰਦਗੀ 'ਚ ਨਹੀਂ ਸੀ ਆਇਆ ਜ਼ਿੰਦਗੀ ਉਦੋਂ ਵੀ ਚੱਲ ਰਹੀ ਸੀ ਖਾ ਰਿਹਾ ਸੀ ਪੀ ਰਿਹਾ ਸੀ ਹੱਸ ਰਿਹਾ ਸੀ ਸਭ ਜਿਹਾ ਹੋ ਰਿਹਾ ਸੀ ਆਖਰ ਇਹ ਆਇਆ ਉਹਦੇ ਨਾਲ ਜ਼ਿੰਦਗੀ ਦਾ ਇੱਕ ਡਿਫਰੈਂਟ ਐਪੀਸੋਡ ਬਣ ਗਿਆ ਹੁਣ ਉਹ ਚਲਾ ਗਿਆ ਜ਼ਿੰਦਗੀ ਥੋੜਾ ਖਤਮ ਹੋ ਗਈ ਜਿੱਥੋਂ ਨਹੀਂ ਸੀ ਆਇਆ ਮੈਂ ਸੋਚ ਵਾਪਸ ਉੱਥੇ ਲੈ ਗਿਆ ਉਹਦਾ ਆਉਣਾ ਨਾ ਆਉਣਾ ਇੱਕ ਖਾਬ ਦੇ ਵੱਧ ਕੁਝ ਨਹੀਂ ਰਹਿ ਗਿਆ ਸੌਰੀ ਟੂ ਸੇ ਰੀਲੀ ਹਾਰਡ ਬਟ ਇਨਡੀਡ ਥਿਸ ਇਜ਼ ਰਿਐਲਿਟੀ ਮੈਂ ਹੋਇਆ ਨਹੀਂ ਹੋਇਆ ਆ ਰੂਪ ਬਣਿਆ ਨਹੀਂ ਬਣਿਆ ਕੀ ਫਰਕ ਪੈਂਦਾ ਇਹ ਤਤ ਨੇ ਤਤ ਜੁੜੇ ਉਖੜੇ ਬਾਬਾ ਜੀ ਕਹਿੰਦੇ ਜੁੜ ਜੁੜ ਵਿਛੜੇ ਵਿਛੜ ਜੁੜੇ ਪਤਾ ਨਹੀਂ ਕਿੰਨੀ ਵਾਰੀ ਜੁੜੇ ਕਿੰਨੀ ਵਾਰੀ ਵਿਛੜੇ ਕਿੰਨੀ ਵਾਰੀ ਫਿਰ ਜੁੜਨੇ ਨੇ ਕੀਤਿਆਂ ਕਿ ਬਾਪ ਕਹਤੇ ਆ ਕਿ ਬੇਟੇ ਕਹਤੇ ਗੁਰ ਚੇਲੇ ਹੋਏ ਕਿੰਨੀ ਵਾਰ ਇਹ ਤਤ ਜੁੜ ਕੇ ਬਾਪ ਬਣੇ ਕਿੰਨੀ ਵਾਰੀ ਬੇਟੇ ਬਣੇ ਕਿੰਨੀ ਵਾਰੀ ਗੁਰੂ ਬਣੇ ਕਿੰਨੀ ਵਾਰੀ ਚੇਲੇ ਬਣੇ ਕੋਈ ਪਤਾ ਥੋੜਾ ਆ ਕੀ ਕਰ ਰਿਹਾ ਬੰਦੇ ਤੂੰ ਆ ਅਚਰਜ ਕਥਾ ਮਹਾਨੂਪ ਹੈ ਜੀ ਕਿਤੇ ਸੁਰਤ ਪਕੜੇ ਅਲਟੀਮੇਟ ਰਿਐਲਿਟੀ ਅਸੀਂ ਤਾਂ ਸਿਚੁਏਸ਼ਨ ਸਿਚੁਏਸ਼ਨਲ ਰਿਐਲਿਟੀ 'ਚ ਵੀ ਜੀ ਪਾਉਂਦੇ ਬੰਦਾ ਤਾਂ ਕਿਸੇ ਫੈਂਟਸੀ 'ਚ ਜੀ ਰਿਹਾ ਆ ਫੈਂਟਸੀ ਜਿੰਨੀ ਗੈਂਬਲਿੰਗ ਹੋ ਰਹੀ ਏ ਫੈਂਟਸੀ ਏ ਬੰਦਾ ਸਿਚੁਏਸ਼ਨਲ ਰਿਐਲਿਟੀ ਨੂੰ ਨਹੀਂ ਪਰਸੀਵ ਕਰ ਰਿਹਾ ਉਹ ਡ੍ਰੀਮ ਲੈ ਰਿਹਾ ਮੈਂ ਸਵੇਰੇ ਮਿਲੀਨੀਅਰ ਬਣ ਜਾਣਾ ਗੱਲ ਹੀ ਕੁਛ ਨਹੀਂ ਹੈ ਇਹਨਾਂ ਸਾਰਿਆਂ ਨੇ ਮਰ ਜਾਣਾ ਜਿਹੜੇ ਤੁਰੇ ਫਿਰਦੇ ਨੇ ਮੈਂ ਇਕੱਲਾ ਹੀ ਬਾਦਸ਼ਾਹ ਹੋਵਾਂਗਾ ਇੱਥੇ ਬਸ ਆਮ ਦੋਨਲੀ ਐਚਲੀ ਵਿਲ ਬੀ ਦ ਕਿੰਗ ਆਹ ਰੂਪ ਸਾਡੇ ਸੌਰੀ ਟੂ ਸੇ ਥੋੜਾ ਸਦਰਾ ਕਹਿ ਲੋ ਇਸ ਰੂਪ ਵਿੱਚ ਉਹ ਹੁੰਦਾ ਸੀ ਉੱਥੇ ਤੂੰ ਨਸ਼ਾ ਕਰਦਾ ਸੀ ਥੋੜਾ ਜਿਹਾ ਤੇ ਉਹ ਕਹਿੰਦਾ ਹੋਏ ਤੂੰ ਇਹਨਾਂ ਨਸ਼ਾ ਕਰ ਕਰਕੇ ਇੰਨੀ ਜ਼ਮੀਨ ਵੇਚ ਦਿੱਤੀ ਏ ਤੇ ਤੂੰ ਪਤਾ ਤੇਰੀ ਜ਼ਮੀਨ ਖਰੀਦ ਕੇ ਫਲਾਣੇ ਨੇ ਟਰੈਕਟਰ ਲੈ ਲਿਆ ਉਹ ਫਲਾਣੇ ਨੇ ਆ ਚੀਜ਼ ਉੱਥੇ ਦੁਕਾਨਾਂ ਬਣਾ ਲੀਆਂ ਨੇ ਕਹਿੰਦਾ ਪਤਾ ਕੀ ਏ ਕਹਿੰਦਾ ਕਾਲ ਪੈ ਜਾਣਾ ਕਹਿੰਦਾ ਨਾ ਸਾਰਿਆਂ ਵਰਜਣਾ ਇਹ ਟਰੈਕਟਰ ਵੀ ਮੈਂ ਚਲਾਇਆ ਕਰਾਂਗਾ ਇਹ ਦੁਕਾਨ ਵੀ ਮੇਰੀ ਹੋਏਗੀ ਇਹ ਸਾਰਾ ਕੁਝ ਫੈਂਟਸੀ ਐਕਚੁਅਲੀ ਬੰਦੇ ਨੂੰ ਕੋਈ ਹਾਲਤ ਦਾ ਪਤਾ ਨਹੀਂ ਸਿਚੁਏਸ਼ਨਲ ਰਿਐਲਿਟੀਸ ਤੇ ਆ ਜਾ ਜਿਹੜਾ ਜੇ ਉਹਦੇ 'ਚ ਨਹੀਂ ਆਇਆ ਉਹ ਅਲਟੀਮੇਟ ਰਿਐਲਿਟੀ ਨੂੰ ਕੀ ਪਰਸੀਵ ਕਰੇਗਾ ਖਾਕ ਉਹਨੂੰ ਕੀ ਪਤਾ ਕਿ ਇਹ ਦੇਸ ਕਾਲ ਤੇ ਜਿਹੜੀ ਵਸਤ ਹੈ ਇਹਦੀ ਪਕੜ ਤੋਂ ਪਰੇ ਵੀ ਕੁਝ ਹੈ ਇਸ ਨੂੰ ਬਾਬਾ ਜੀ ਨੇ ਕਿਹਾ ਗਿਆਨ ਆਵੇ ਇੱਥੇ ਫਿਰ ਗਿਆਨ ਮਦਦ ਕਰਦਾ ਸੋਝੀ ਜੀ ਨੂੰ ਕਹਿੰਦੇ ਆ ਅਸੀਂ ਜਿੰਨੀ ਸੋਝੀ ਆਈ ਜਾਂਦੀ ਹੈ ਫਿਰ ਬੰਦਾ ਬੰਦਾ ਸਰੰਗ ਤਮਾਸ਼ੇ ਦੇ ਵਿੱਚ ਵਿਚਰਦਾ ਰੋਲ ਪਲੇ ਕਰਦਾ ਪਰ ਖੰਚਿਤ ਨਾ ਹੁੰਦਾ ਇਸ ਨੂੰ ਬਾਬਾ ਜੀ ਨੇ ਕਿਹਾ ਜੈਸੇ ਜਲ ਮੈਂ ਕਮਲ ਦੇ ਆਲਮ ਚਿੱਕੜ ਵੀ ਹੈ ਚਿੱਕੜੇ ਤੁਰਿਆ ਵੀ ਫਿਰਦਾ ਲਿਬੜਦਾ ਹੈ ਹੀ ਨਹੀਂ ਮੁਰਗਾ ਹੀ ਨਾ ਸਾਨੇ ਮੁਰਗਾ ਵੀ ਤਰਾਂ ਸਿੱਧਾ ਪਾਣੀ ਚ ਚੁੱਭੀ ਲਾਉਂਦਾ 2 ਮੀਟਰ ਥੱਲੇ ਚੜਾ ਜਾਂਦਾ ਫਿਰ ਸਿੱਧਾ ਅਸਮਾਨੀ ਉੱਡ ਜਾਂਦਾ ਆ ਕਿਵੇਂ ਬਣ ਗਿਆ ਇੱਥੇ ਤੇ ਲੋਕ ਮੜੀ ਜਿੱਤੇ ਗੱਲ ਹੋ ਜੇ ਸੱਜੇ ਖੱਬੇ ਤੇ ਲੋਕੀ ਕਹਿੰਦੇ ਓਹੋ ਅਸੀਂ ਜਿਸ ਕਿਸਮ ਦੇ ਪੰਜਾਬੀ ਕਲਚਰ ਤਰਬੀਅਤ ਦੇ ਚ ਰਹੇ ਆਂ ਵੀ ਸੁਪੋਜ਼ ਕਰੋ ਆਪਾਂ ਕਿਸੇ ਪਰਿਵਾਰ ਮਤਲਬ ਡੁਅਲ ਲਾਈਫ ਮੋਸਟਲੀ ਇਹ ਜਿੰਨੇ ਆ ਸਾਰੇ ਘਰ ਦਾ ਦਰਵਾਜ਼ਾ ਬੰਦ ਹੋਇਆ ਨਹੀਂ ਘਰ ਦੇ ਜੀ ਕੁਝ ਹੋਰ ਨੇ ਘਰ ਦਾ ਦਰਵਾਜ਼ਾ ਖੁੱਲਿਆ ਬਾਹਰੋਂ ਕੋਈ ਆਇਆ ਨਹੀਂ ਘਰ ਦੇ ਜੀ ਬਿਲਕੁਲ ਹੋਰ ਨੇ ਕਈ ਵਾਰੀ ਬੱਚੇ ਪਰਸੀਵ ਕਰਨੋਂ ਰਹਿ ਜਾਂਦੇ ਨੇ ਵੀ ਹਾਦੀ ਹੋਈ ਵੀ ਆਰ ਦੇ ਸੇਮ ਇੰਡੀਵਿਜੂਅਲ few minutes ago they were quarreling you know like uh, cats and dogs and now now they are totally divine how come what are transformation why is happening here the kai kai var eh ho je joke vi hai ke ne kai var joke sunaya janda oh bachcha chota je kenda koi oh ke guest aaye kare te oh kende guest jaan lage te kende uncle can you stay few more minutes kende what happened kende i still have some homework okay oh, that's okay you can do after me why do you want to actually stop me here kind of because after that there would be big drama i won't be able to focus so can you stay with me few more minutes so that i can finish my homework hun aa jehdi pravritti hai actually eh hun guru nanak saab di assi baat karde haa baba ji choti choti gal te baba shri chann ji baba ji nu tod ke jawab de dende nahi mannde gal guru maharaj ਮਤਲਬ ਕਿਤੇ ਸਾਡੀ ਤਰ੍ਹਾਂ ਮਾਫੀ ਚਾਹਾਂ ਮਨ ਨੂੰ ਲਾ ਲੈਂਦੇ ਤੇ ਕਹਿੰਦੇ ਵੀ ਪਹਿਲਾਂ ਤੇਰਾ ਤੁਸੀਂ ਮੜੇ ਸਾਈਡ ਤੇ ਹੋ ਤੇ ਉਰੇ ਆ ਤੇਰੇ ਦੋ ਲਾਵਾ ਖਿੱਚ ਕੇ ਉਹਨੂੰ ਦੋ ਖਿੱਚ ਕੇ ਲਾਉਂਦੇ ਉਹ ਘਰ ਰੁੱਸ ਕੇ ਭੱਜ ਜਾਂਦਾ ਯੂ ਨੋ ਐਵੇਂ ਹੀ ਹੋਣਾ ਸੀ ਨਾ ਮੁੜ ਕੇ ਚਾਰ ਬੰਦੇ ਉਹਨੂੰ ਲੱਭਦੇ ਫਿਰਦੇ ਵੀ ਪਤਾ ਨਹੀਂ ਕਿੱਥੇ ਗਿਆ ਹੈਗਾ ਅਜੀਬ ਹਾਲਤ ਬਣੀ ਹੋਣੀ ਆ ਬਾਈ ਕਹਿੰਦੇ ਬੱਚੇ ਸੱਚ ਆ ਤੇਰੇ ਹੀ ਤੇ ਮੇਰੀ ਕੁਦਰਤ ਨੇ ਡਿਊਟੀ ਲਈ ਆ ਮੈਂ ਆਪਣੀ ਡਿਊਟੀ ਨਿਭਾਵਾਂਗਾ ਬਿਨਾਂ ਕਿਸੇ ਮਲਾਲ ਤੋਂ ਹਾਂ ਸੱਚ ਇਹ ਹੈ ਇਹ ਸੱਚ ਨੂੰ ਤੂੰ ਮੰਨੇ ਨਾ ਮੰਨੇ ਪਰ ਇੱਕ ਸੱਚ ਕੁਦਰਤ ਤਾਂ ਇਹ ਵੀ ਹੈ ਕਿ ਤੈਨੂੰ ਕਿਸੇ ਇਲਿਊਜ਼ਨ ਵਿੱਚ ਉਹ ਕੁਦਰਤ ਲੈ ਕੇ ਜਾ ਰਹੀ ਹੈ ਤੂੰ ਜਾ ਸਕਣਾ ਉਹਦੇ ਵਿੱਚ ਬਾਕੀ ਇੱਕ ਵੱਡੀ ਖੇਡ ਦਾ ਹਿੱਸਾ ਵਾ ਇੱਕ ਇਹੋ ਜੇ ਕਰ ਸੀ ਕਈ ਵਾਰੀ ਵਸਾਏ ਕਈ ਵਾਰੀ ਤੋੜੇ ਇਹਨੂੰ ਸਾਹਿਬ ਨੇ ਕਿਹਾ ਬੰਦੇ ਇਹ ਪਕੜ ਨਾ ਇਹ ਬੂਢਾ ਨਾ ਇਹ ਬਾਲਾ ਨਾ ਇਸ ਦੁੱਖ ਨਹੀਂ ਜਮਜਾਲਾ ਕੀ ਦੁੱਖ ਤੇ ਕੀ ਜਮਜਾਲ ਇੱਥੇ ਫਿਰ ਬਿਲਕੁਲ ਆਟੋਨਮੀ ਆ ਗਈ ਅਗਲਾ ਬਚਨ ਕਿਆ ਨਾ ਇਹ ਬਿੰਸੈ ਨਾ ਇਹ ਜਾਏ ਬਿੰਸੈ ਨਾ ਇਹ ਜਾਏ ਸਭ ਕੁਝ ਵਿਣਸਨ ਹਾਰ ਹੈ ਜੋ ਨਹੀਂ ਵਿਣਸਦਾ ਜਿਵੇਂ ਬਿੰਤੀ ਕੀ ਰਾ ਲਹਿਰਾਂ ਉੱਠਦੀਆਂ ਖਤਮ ਹੁੰਦੀਆਂ ਸਮੁੰਦਰ ਥੋੜਾ ਖਤਮ ਹੁੰਦਾ ਜਿੰਦੀ ਸੁਰਤ ਸਮੁੰਦਰ ਦਾ 파ਟ ਬਣ ਗਈ ਉਹ ਲਹਿਰਾਂ ਦਾ 파ਟ ਰਹੀ ਨਹੀਂ ਹੁਣ ਕੋਈ ਗੱਲ ਨਹੀਂ ਖਤਮ ਹੋ ਜਾਣਗੇ ਦੁਬਾਰਾ ਦੁਬਾਰਾ ਉੱਠ ਜਾਣਗੇ ਇਹ ਤੇ ਪੱਕੀ ਗੱਲ ਆ ਪੀ ਹਾ ਕਈ ਬਾਰ ਪਸਰੇ ਉਪਾਸਾਰ ਸਦਾ ਸਦਾ ਇੱਕ ਗੱਲ ਤੇ ਉਹਦੀ ਆ ਨਾ ਉਸ ਏਕੰਕਾਰ ਜਿਹੜਾ ਐਕਚੁਅਲੀ ਕਰਨਧਾਰ ਆ ਸੁਰਤ ਉਹਦੇ ਨਾਲ ਆ ਗਈ ਆ ਕਿਹਾ ਉਸ ਨੂੰ ਇਸ ਚੀਜ਼ ਨਾਲ ਨਾ ਇਹ ਬਿਨਸੇ ਨਾ ਇਹ ਜਾਏ ਆਦ ਜੁਗਾਦੀ ਰਹਾ ਸਮਾਏ ਆਦ ਜੁਗਾਦੀ ਸਮਾਂ ਤੇ ਸਮੇ ਤੋਂ ਵੀ ਪਰੇ ਸਮਾਂ ਵੀ ਇੱਕ ਲਿਮਟ ਆ ਇੱਕ ਲਿਮਟ ਲਿਮਟ ਵਿੱਚ ਵੀ ਉਹ ਹੈ ਪਰ ਲਿਮਟ ਤੋਂ ਪਾਰ ਵੀ ਹੈ ਉਹ ਬਿਯੋਂਡ ਵੀ ਹੈ ਉਲਟੀਮੇਟ ਰਿਅਲ ਹੈ ਜਿਹੜੀ ਅਸਲ ਐਗਜ਼ਿਸਟੈਂਸ ਅਸੀਂ ਸਾਰੀ ਸਾਡੇ ਸਾਰਿਆਂ ਦੀ ਕੋਈ ਐਗਜ਼ਿਸਟੈਂਸ ਹੋ ਰਹੀ ਹੈ ਉਹਦੀ ਬਾਤ ਕੀਤੀ ਗਈ ਹੈ ਨਾ ਇਸ ਉਸਨ ਨਾ ਇਸ ਸੀਤ ਠੰਡ ਪਾਲਾ ਲੱਗਣਾ ਇਹ ਉਸ ਖਿੱਤੇ 'ਚ ਬਾਤ ਕੀਤੀ ਜਾ ਰਹੀ ਹੈ ਜਿਸ ਖਿੱਤੇ ਦੇ ਅੰਦਰ ਵਹਿਮਾਂ ਦੀ ਇੰਤਹਾ ਸੀਗੀ ਮਤਲਬੇ ਕਿ ਲੋਕੀ ਗੁਜਰਿਆਂ ਨੂੰ ਯਾਦ ਕਰਦੇ ਸੀਗੇ ਪਿਤਰਾਂ ਦੇ ਰੂਪ ਦੇ ਵਿੱਚ ਤੇ ਪਿਤਰ ਜਦੋਂ ਕਲਬੂਤ ਨਾ ਰਿਹਾ ਤੇ ਫਿਰ ਕਲ ਕਲਬੂਤ ਦੀ ਜਗ੍ਹਾ ਤੇ ਕੀ ਰਹਗੀ ਪਿਤਰ ਦੀ ਰੂਹ ਤੇ ਰੂਹਾਂ ਦੇ ਬਾਬਤ ਗੱਲਾਂ ਕਰਨ ਵਾਲੀ ਇੱਕ ਸ਼੍ਰੇਣੀ ਹੁੰਦੀ ਸੀਗੀ ਜਿਹੜੀ ਧਾਰਮਿਕ ਸ਼੍ਰੇਣੀ ਸੀਗੀ ਤੇ ਧਾਰਮਿਕ ਸ਼੍ਰੇਣੀ ਦੇ ਆਪਣੇ ਇੰਟਰਸਟ ਸੀਗੇ ਤੇ ਉਹਨਾਂ ਇੰਟਰਸਟ ਨੂੰ ਫੁੱਲਫਿਲ ਕਰਨ ਵਾਸਤੇ ਫਿਰ ਉਹ ਬਹੁਤ ਕੁਝ ਕਰਦੀ ਸੀ ਮੈਂ ਮੈਂ ਫਿਰ ਮਾਫੀ ਮੰਗਦੇ ਲਫ਼ਜ਼ ਕਹਿਣ ਲੱਗਾ ਕਿ ਕਈ ਵਾਰੀ ਚੀਜ਼ਾਂ ਹੁੰਦੀਆਂ ਕਿ ਸੋਸਾਇਟੀ ਦੇ ਅੰਦਰ ਸਪੋਜ਼ ਅਸੀਂ ਇਸ ਨਰਥ ਅਮਰੀਕਨ ਵਰਲਡ ਚ ਰਹਿ ਰਹੇ ਆ ਸਾਡੇ ਜਿਹੋ ਜਿਹੇ ਘਰ ਸੜਕਾਂ ਰਹਿਣ ਸਹਿਣ ਖਾਣ ਪਾਣ ਆ ਸਾਡਾ ਅਸੀਂ ਇਹੋ ਜਿਹਾ ਉੱਥੇ ਬਣਾ ਸਕਦੇ ਹਾਂ ਸਾਰਾ ਕੁਝ ਜਿੱਥੋਂ ਅਸੀਂ ਆਏ ਆ ਪਰ ਇਹ ਹੁਣ ਤੇ ਲੱਗਦਾ ਨਹੀਂ ਬਣਾ ਸਕਦੇ ਪਰ ਰੋਕਦਾ ਕੌਣ ਹੈ ਸਾਨੂੰ ਨਾ ਬਣਾਣ ਤੋਂ ਇਹ ਜਿਹੜੀ ਚੀਜ਼ ਆ ਇਹ ਤਾਂ ਵੱਡੀ ਸਮੱਸਿਆ ਬਣ ਗਈ ਹੈ ਅਸੀਂ ਕੈਲੀਬਰ ਦੀ ਨੌਲੇਜ ਦੀ ਕਦਰ ਨਹੀਂ ਕਰਦੇ ਫਿਰ ਕੀ ਹੁੰਦਾ ਜਿਹੜਾ ਉਹ ਕੈਲੀਬਰ ਤੇ ਨੌਲੇਜ ਆ ਨਾ ਉਹ ਕਰਪਟ ਹੁੰਦਾ ਇਹ ਨਹੀਂ ਬ੍ਰਾਹਮਣ ਕੋਲ ਨੌਲੇਜ ਨਹੀਂ ਸੀਗੀ ਬੜੀ ਨੌਲੇਜ ਸੀ ਚਾਰ ਲਕੀਰਾਂ ਐਵੇਂ ਕੱਢੀਆਂ ਪੱਤਰਾ ਪੰਚਾਂ ਪੰਚਾਂ ਕੱਢ ਕੇ ਦੱਸਤਾ ਚੰਦਰ ਗ੍ਰਹਿਣ ਕਦੋਂ ਲੱਗੇਗਾ ਕੋਈ ਅਜਵਰਗੀਆਂ ਉਹਨਾਂ ਕੋਲ ਦੂਰਬੀਨਾ ਥੋੜਾ ਸੀਗੀਆ ਸੂਰਜ ਗ੍ਰਹਿਣ ਦੇਖੋ ਤੁਸੀਂ ਐਗਜ਼ੈਕਟਲੀ ਕਿਹਾ ਨੌਲੇਜ ਆ ਪਰ ਇਹਦਾ ਬੈਨੀਫਿਟ ਕੀ ਲੈ ਰਿਹਾ ਸੋਸਾਇਟੀ ਨੂੰ ਸੁਪਰਸਟੀਸ਼ੀਅਸ ਬਣਾ ਰਿਹਾ ਛੋਟੀ ਜਿਹੀ ਐਗਜ਼ਾਮਪਲ ਕਰਕੇ ਵਾਈਂਡ ਅਪ ਕਰ ਦੇਣਾ ਵਾ ਮੈਨੂੰ ਯਾਦ ਆ ਸੀ ਦਿੱਲੀ ਉਹਨਾਂ ਦੇ ਨਾਲ ਸੀਗੇ ਥੋੜਾ ਪੜਾਈ ਕਰਕੇ ਤੇ ਇੱਕ ਏਰੀਆ ਚ ਅਸੀਂ ਨੰਗ ਰਹੇ ਆ ਕਿੰਗਸਵੇ ਕੈਂਪ ਦੇ ਕੋਲ ਇੱਕ ਏਰੀਆ ਪੈਂਦਾ ਉੱਥੇ ਮੁਖਰਜੀ ਨਗਰ ਵਾਲੇ ਪਾਸਿਓਂ ਨਾਨਕ ਪੀਓ ਗੁਰਦੁਆਰੇ ਦਾ ਏਰੀਆ ਜਿਹੜਾ ਹੈ ਅਸੀਂ ਆ ਰਹੇ ਤੇ ਸ਼ਾਰਪਨ ਮੋੜ ਜੇ ਮੋੜ ਜੇ ਕੱਟ ਕੇ ਤੇ ਬੁੜੀ ਇੱਕਦਮ ਜਿਹੜਾ ਹੈਗਾ ਆ ਵੱਡਾ ਫੁੱਟਪਾਥ ਤੇ ਬੜੀ ਦੁਨੀਆ ਨੰਗਰੀ ਉਥੋਂ ਅੱਗੇ ਸਪੇਰੇ ਖੜੇ ਐਡੇ ਐਡੇ ਮੋਟੇ ਅਜਗਰ ਸੱਪ ਉਹਨਾਂ ਨੇ ਫੜੇ ਜਿਹੜੇ ਤੇ ਉਹ ਕੀ ਕਰਦੇ ਜਿਵੇਂ ਕੋਈ ਉਥੋਂ ਦੇ ਖਾਸ ਕਰਕੇ ਲੇਡੀਜ਼ ਉਹਨੇ ਮਹਿੰਗੇ ਪਰਸ ਪਾਇਆ ਉਹਨੇ ਦੇਖ ਲੈਣਾ ਪਈ ਜੁਐਲਰੀ ਵਗੈਰਾ ਕੁਫ ਹੁ ਪਾਈ ਜਾਂ ਮਹਿੰਗੇ ਪਰਸ ਪਾ ਉਹਦੇ ਗੱਲ ਸੱਪ ਪਾਵੇਂ ਨਾ ਇਸ ਤਰੀਕੇ ਨਾਲ ਓ ਮਾਈ ਗੁੱਡਨੈਸ ਜਿੰਨੇ ਹੁਣ ਕਦੀ ਆਪਣੇ ਮਤਲਬ ਵਾਲੇ ਦੋਲੇ ਕਿਤੇ ਚੂਹਾ ਨਹੀਂ ਦੇਖਿਆ ਹੋਇ ਚੱਜ ਦੇ ਨਾਲ ਉਹਦੇ ਗੱਲ ਤੁਸੀਂ ਸੱਪ ਪਾ ਦਿਓ ਕੀ ਹਾਲਤ ਹੋਏਗੀ ਹਟਾ ਕੇ ਉਹਦੇ ਬੰਦੇ ਮਰ ਜਾਏਗਾ ਉਹ ਬੜੀ ਉੱਚੀ ਉੱਚੀ ਰੌਲਾ ਪਾਰੇ ਚਿੱਕਾ ਮਾਰ ਰਹੀ ਉਸ ਤਰੀਕੇ ਨਾਲ ਕੰਡੋ ਕੰਡੋ ਕਹਿੰਦਾ ਵੀ ਇਹ ਤਾਂ ਭੁੱਖਾ ਹੈ ਸ਼ੇਸ਼ਨਾਕ ਤੈਨੂੰ ਪਤਾ ਵੀ ਕਈ ਦਿਨਾਂ ਦਾ ਇਹ ਤੇ ਕੋਈ ਪ੍ਰਸਾਦ ਦੇਂਗੇ ਤਾਂ ਉਹ ਕਹਿੰਦੀ ਪ੍ਰਸਾਦ ਛੱਡ ਤੂੰ ਜੋ ਚਾਹੀਦਾ ਕਹਿੰਦਾ ਲਿਆ ਕੱਢ ਵਿੱਚੋਂ 500 1000 ਫਟਾਫਟ ਉਹ ਪਰਸੇ ਚੋਂ ਉਹਨਾਂ ਦੇ ਪੈਸੇ ਕਢਾਰੇ ਤੇ ਹੋ ਰਿਆ ਕੰਮ ਜੀ ਅਸੀਂ ਐਜ਼ ਅ ਸਟੂਡੈਂਟ ਸੀਗੇ ਅਸੀਂ ਉੱਤ ਨੰਗੇ ਅਸੀਂ ਕਿਹਾ ਵੀ ਇਹ ਤਾਂ ਕੀ پاگل ਪਣ ਅਸੀਂ ਸਪੇਰੇ ਨਾਲ ਲੜਨ ਲੱਗੇ ਉਹ ਸਾਡੇ ਸਾਹਮਣੇ ਸੱਪ ਕਰਨ ਯੂ نو ਐਜ਼ ਅ ਕਿਡ ਤੁਹਾਨੂੰ ਵੀ ਡਰ ਲੱਗਦਾ ਵੀ ਡਡੇ ਵੱਡੇ ਸੱਪ ਉਸ ਰੂਪ ਵਿੱਚ ਅਸੀਂ ਕਿਹਾ ਚਲੋ ਠੀਕ ਹੈ ਜੀ ਅਸੀਂ ਚੱਲੇ ਗਏ ਥੋੜੀ ਅੱਗੇ ਆਏ ਤੇ ਪੁਲਿਸ ਵਾਲੇ ਖੜੇ ਨਾਕਾ ਲਾ ਕੇ ਸੀ ਉਹਨਾਂ ਨੂੰ ਕਿਹਾ ਉਹ ਤੁਸੀਂ ਇੱਥੇ ਖੜੇ ਹੋ ਤੁਸੀਂ ਜਾਓ ਉੱਥੇ ਜਾ ਕੇ ਉਹ ਦੇਖੋ ਉਹ ਕਹਿੰਦੇ ਖਬਰਦਾਰ ਦੌੜ ਜਾ ਇੱਥੋਂ ਉਹ ਮੁੜ ਕੇ ਪਤਾ ਲੱਗਾ ਸਾਨੂੰ ਵੀ ਉਹਨਾਂ ਨੇ ਖੜਾਏ ਸੀ ਉੱਥੇ ਐਕਚੁਅਲੀ ਉਹ ਰਲ ਮਿਲ ਕੇ ਕੰਮ ਹੁੰਦੇ ਤੁਹਾਨੂੰ ਪਤਾ ਸਾਰੇ ਉਸ ਤਰੀਕੇ ਨਾਲ ਖੈਰ ਅਸੀਂ ਬਾਤ ਕਹੀ ਕਿ ਅਸੀਂ ਕਿਹਾ ਵੀ ਇਹ ਤੇ ਬਹੁਤ ਗਲਤ ਕੰਮ ਆ ਵੀ ਤੁਸੀਂ ਆਪ ਕੋਈ ਰਿਸ਼ਵਤ ਵਗੈਰ ਲੈ ਲਓ ਥੋੜੀ ਬੋਤੀ ਲੈਣੀ ਹੈ ਤੁਸੀਂ ਉਹ ਕਹਿੰਦਾ ਲੋਕੀ ਪੈਸੇ ਐਵੇਂ ਦਿੰਦੇ ਆ ਜਿੰਨੀ ਦੇਰ ਤੱਕ ਇਹ ਤੇ ਗਾਲੇ ਸੱਪਨਾ ਪਾਓ ਅਗਲਾ ਪੈਸੇ ਦਿੰਦਾ ਹੀ ਨਹੀਂ ਹੈਗਾ ਕਹਿੰਦਾ ਬਿਲਕੁਲ ਨਹੀਂ ਕਹਿੰਦਾ ਇਸ ਕਰਕੇ ਸੱਪ ਪਾਉਣੇ ਪੈਂਦੇ ਨੇ ਤੁਹਾਡੇ ਕੋਲ ਪੈਸੇ ਆਏ ਨਹੀਂ ਤੁਸੀਂ ਬੱਚੇ ਹੋ ਤੁਹਾਡੇ ਗਾਲ ਵੀ ਪੈਣਾ ਸੀਗਾ ਐਕਚੁਅਲੀ ਆ ਇਹ ਸਾਰੇ ਇਹਨਾਂ ਲੋਕਾਂ ਦੇ ਗਲੇ ਜੱਪ ਪਾਏ ਇਹਨਾਂ ਨੇ ਟੂ ਜਸਟ ਗੈਟ ਸਮ ਉਸ ਰੂਪ ਦੇ ਵਿੱਚ ਅਦਰਵਾਈਜ਼ ਉਹਨਾਂ ਨੂੰ ਵੀ ਪਤਾ ਆ ਕਿਹੜੇ ਪਿਤਰ ਮੁੜ ਕੇ ਆਏ ਤੇ ਕਿਹਨਾਂ ਨੇ ਆ ਕੇ ਪੁੱਛਿਆ ਇਸ ਕਰਕੇ ਸਿਆਲ ਆ ਗਿਆ ਪਿਤਰਾਂ ਦੇ ਸੁਪਨੇ ਆ ਰਹੇ ਨੇ ਉਹ ਰਜਾਈਆਂ ਮੰਗ ਰਹੇ ਨੇ ਲਿਆਓ ਯੂ ਮਾਈਟ ਹੈਵ ਹਰਡ ਦੋਸ ਕਾਈਂਡ ਆਫ ਸਟੋਰੀਜ਼ ਬਾਬਾ ਜੀ ਬਿਆਨ ਕਰਦੇ ਕਿਹਦੀ ਗੱਲ ਕਰ ਰਹੇ ਹੋ ਨਾ ਇਸ ਉਸਣ ਨਹੀਂ ਇਸ ਸੀਤ ਕੀ ਉਹਨੂੰ ਗਰਮੀ ਤੇ ਕੀ ਉਹਨੂੰ ਸਰਦੀ ਨਾ ਇਸ ਦੁਸ਼ਮਣ ਨਾ ਇਸ ਮੀਤ ਇਹ ਤੇ ਬਿਯੋਂਡ ਸਾਰਾ ਕੁਝ ਤੇ ਸਾਡਾ ਇੱਕ ਕਲਚਰ ਆ ਇੱਕ ਸਿਵਲਾਈਜੇਸ਼ਨ ਜਿਹੜਾ ਅਸੀਂ ਡਿਵੈਲਪ ਕਰ ਲਿਆ ਨਾ ਇਸ ਹਰਖ ਨਹੀਂ ਉਸ ਸੋਗ ਇਹ ਚੀਜ਼ਾਂ ਵੀ ਇੱਕ ਲੈਵਲ ਤੱਕ ਹੀ ਹੁੰਦੀਆਂ ਜੁੜਨਾ ਵਿਛੜਨਾ ਬੰਦੇ ਨੂੰ ਬੜਾ ਦੁੱਖ ਸੁੱਖ ਬਣਦਾ ਅਬ ਜਿਹੜੇ ਕਹਿੰਦੇ ਉਹ ਚੀਜ਼ ਸਭ ਕੁਝ ਇਸका ਇਹ ਕਰਨਾ ਹੈ ਜੋ ਸਭ ਉਸ ਪ੍ਰਾਤਮ ਦਾ ਹੀ ਹੈ ਉਹੀ ਕਰਨ ਦੇ ਯੋਗ ਹੈ ਉਹੀ ਸਮਰੱਥ ਹੈ ਨਾ ਇਸ ਬਾਪ ਨਹੀਂ ਇਸ ਮਾਇਆ ਜੰਮਣ ਮਰਨਾ ਇੱਕ ਖੇਡ ਤੋਂ ਬਿਨਾ ਹੋਰ ਕੁਝ ਵੀ ਨਹੀਂ ਇਹ ਆ ਪਰੰਪਰ ਹੋਤਾ ਆਇਆ ਇਹ ਲਗਾਤਾਰ ਚੱਲਦਾ ਰਿਹਾ ਉਸ ਰੂਪ ਦੇ ਵਿੱਚ ਪਾਪ ਪੁੰਨ ਦਾ ਇਸ ਲੇਪ ਨਾ ਲੱਗਾਇ ਇਹ ਵੀ ਇੱਕ ਕਹਾਵਤ ਹੈ ਬੜੀ ਵੱਡੀ ਕਹਾਵਤ ਹੈ ਹਿਊਮਨ ਇਨ ਹਿਊਮਨ ਬਿਹੇਵੀਅਰ ਦੀਆਂ ਗੱਲਾਂ ਕਰਦੇ ਆ ਪਰ ਇਨ ਹਿਮੈਨਿਟੀ ਦੇ ਵਿੱਚੋਂ ਜੋ ਕੁਝ ਨਿਕਲਦਾ ਉਹ ਵੀ ਕਮਾਲ ਹੈ ਜਿਵੇਂ ਕਿਸੇ ਨੂੰ ਵੱਡਿਆ ਕਰਨ ਵਾਸਤੇ ਗਰੋ ਕਰਨ ਵਾਸਤੇ ਮਿਨਿਊਰ ਚਾਹੀਦਾ ਮਿਨਿਊਰ ਹੁੰਦਾ ਜਿੱਥੇ ਬਹੁਤ ਦੁੱਖ ਤਕਲੀਫਾਂ ਹੁੰਦੀਆਂ ਉੱਥੋਂ ਆਪ ਦੇਖੋ ਦੁਨੀਆ ਭਦਰ ਦਾ ਵੱਡਾ ਵੱਡਾ ਉਰਸ ਚੱਲ ਰਿਹਾ ਜਿਹੜਾ ਉਹ ਮਤਲਬ ਲਾਰਜੈਸਟ ਸਪੋਰਟਸ ਸਪੋਰਟਸ ਇਵੈਂਟ ਉਹਨਾਂ ਪਲੇਅਰਸ ਨੂੰ ਮੋਸਟਲੀ ਦੀ ਹਿਸਟਰੀ ਕੱਢ ਕੇ ਦੇਖੋ ਤੁਸੀਂ ਕਿੱਥੋਂ ਆ ਰਹੇ ਨੇ ਸਾਰੇ ਗੁਰਬਤ ਦੀ ਮਾਰੇ ਹੋਏ ਮਾਲਕ ਦੇ ਵਿੱਚੋਂ ਸਾਡੇ ਕੋਲ ਸੱਜਣ ਨੇ ਉਹ ਕਹਿੰਦੇ ਬੱਚਿਆਂ ਕੋਲ ਪਾਉਣ ਲਈ ਮਤਲਬ ਸ਼ੂਜ਼ ਨਹੀਂ ਹੈਗੇ ਪਰ ਸੌਕਰ ਖੇਡਦੇ ਕਮਾਲ ਕਰ ਦਿੰਦੇ ਕਿਉਂ ਕਿਉਂਕਿ ਉਹਨਾਂ ਨੂੰ ਇੱਕੋ ਨਿਸ਼ਾਨਾ ਹੈ ਪਤਾ ਹੈ ਜਿੱਡੀ ਵਧੀਆ ਬਾਲ ਡ੍ਰਿਬਲ ਕਰਾਂਗੇ ਉਹਨਾਂ ਜਲਦੀ ਸਾਨੂੰ ਜਿਹੜਾ ਹੈਗਾ ਕੈਰੀਅਰ ਮਿਲੇਗਾ ਇਹ ਤੇ ਇਹ ਕੀ ਹੈ ਤੇ ਬੜੇ ਕਮਾਲ ਦੀ ਚੀਜ਼ ਹੈ ਸੇ ਇਸ ਇਹੋ ਜੀਆਂ ਚੀਜ਼ਾਂ ਦੀ ਬਾਤ ਬੰਦਾ ਜਦੋਂ ਡੀਪ ਲੈਵਲ ਤੇ ਚਲਾ ਜਾਂਦਾ ਉਹਨੂੰ ਪਕੜ ਆਉਂਦੀ ਕੁਦਰਤ ਦੀ ਖੇਡ ਹੈ ਵੱਡੀ ਸਾਬ ਕਹਿੰਦੇ ਕਟਕਟ ਅੰਤਰਸੱਧ ਹੀ ਜਾਗ ਹੈ ਸਭ ਹਿਰਦਿਆਂ ਦੇ ਵਿੱਚ ਬੈਠਾ ਹੈ ਤੇ ਸਬਦ ਦੇ ਵਿੱਚ ਉਹਦੀ ਅਵਸਥਾ ਜਾਗਰਤ ਵੀ ਹੈ ਮੁਰਾਦ ਹੈ ਤੁਸੀਂ ਉਹਨਾਂ ਥੋੜਾ ਅੰਗੇਜ ਹੋ ਕੇ ਦੇਖੋ ਤੁਹਾਡੀ ਜਾਗਰਤੀ ਉਹਦੇ ਚੋਂ ਆ ਜਾਏਗੀ 3 ਗੁਣਾ ਇੱਕ ਸਖਤ ਉਪਾਯਾ ਰਜੋ ਤਮੋ ਸਦੋ ਕਦੀ ਫਰਜ਼ ਚਰਚਾਈ ਪੂਰੀ ਜ਼ਿਕਰ ਕਰਾਂਗੇ ਉਹਦੇ ਵਿੱਚ ਸਖਤ ਸਖਤ એનર્ਜੀ ਉਪਜ ਰਹੀ ਹੈ ਮਹਾ ਮਾਇਆ ਤਾਂ ਕੀ ਹੈ ছায়ਾ ਜਿਹੜਾ ਜਿੰਨਾ ਇਲਿਊਜ਼ਨ ਹੈ ਸਾਰਾ ਹੈ ਤੇ ਪਰਛਾਵੇਂ ਹੀ ਪਰ ਇਹ ਉਹਦੀ ਪ੍ਰਾਤਮਾ ਦੇ ਰੂਪ ਵਿੱਚੋਂ ਹੀ ਪਲਟ ਰਿਆ ਸਾਰਦਾ ਸਾਰਾ ਅਛਲ ਅਛੇਦ ਭੇਦ ਦਿਆਲ ਬਾਕੀ ਉਹ ਪਰਿਪੂਰਣ ਉਹਨੂੰ ਕੋਈ ਛਲ ਨਹੀਂ ਸਕਦਾ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਤਰਸ ਦੀ ਮੂਰਤ ਆ ਦੀਨ ਦਇਆਲ ਸਦਾ ਕਿਰਪਾਲ ਦੀਨਾਂ ਤੇ ਦਇਆ ਕਰਨ ਵਾਲਾ ਸਦਾ ਤਰਸਦਾ ਕਰਿਆ ਤਾਂ ਕਿ ਗਤਮਿਤ ਕਛੂ ਨਾ ਪਾਏ ਕਿਉਂਕਿ ਉਹਦੀ ਗਤਮਿਤ ਉਹਦਾ ਕੀ ਅੰਦਾਜ਼ਾ ਕੀ ਉਹਨੂੰ ਮੈਜਰ ਕਰਾਂਗੇ ਏਵੈਲਿਊਏਟ ਕਰਾਂਗੇ ਨਾਨਕ ਤਾਂ ਕਹ ਬਲ ਬਲ ਜਾਏ ਇਹ ਨਾਨਕ ਕਹ ਮੈਂ ਉਸੇ ਪਾਰ ਬ੍ਰह्म ਪ੍ਰਾਤਮਾ ਦੇ ਰੂਪ ਤੋਂ ਬਲਿਹਾਰ ਜਾਣਾ ਵਾ ਸਦਕੇ ਜਾਣਾ ਵਾ ਸਾਬ ਰਹਿਮਤ ਕਰਨ ਇਹ ਹਾਲਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਤੇਲੀ ਦੁਆ ਹੈ ਇਨੀਆਂ ਕ ਬਿੰਦੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾਲ ਸਤਾਰਿਓ ਸ਼ਬਦ ਲਮੇਰਾ ਹੋਣ ਕਰਕੇ ਰਾਗੀ ਵੀਰਾਂ ਦਾ ਥੋੜਾ ਸਮਾਂ ਲਗਾ ਲਿਆ ਉਹਦੇ ਵਾਸਤੇ ਨੂੰ ਤੁਮਾਫੀ ਚਾਹਨੇ ਆ ਇੱਥੇ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤ